ਬਾਈ ਜੀ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਵੀ ਰੁਪਈਏ ਤੁਸੀਂ ਇੰਨੇ ਕਮਾਏ ਗੀਤਕਾਰੀ ਦੇ ਵਿੱਚੋਂ ਵੀ ਈਡੀ ਦੀਆਂ ਰੇਡਾਂ ਪੈਂਦੀਆਂ ਨੰਗ ਪੁੱਤ ਚੋਰਾਂ 'ਚ ਖੇਡੇ ਵਾਲੀ ਗੱਲ ਤੁਸੀਂ ਕਈ ਥਾਵਾਂ 'ਤੇ ਜ਼ਮੀਨ ਵਿਕਣ ਦੀ ਗੱਲ ਕਰਦੇ ਹੋ ਉਹ ਕੋਈ ਪਰਿਵਾਰਕ ਹਾਲਾਤ ਇਹੋ ਜਿਹੇ ਬਣ ਗਏ ਜਾਂ ਗੀਤਕਾਰੀ ਦੇ ਲੇਖੇ ਲੱਗ ਗਈ ਜ਼ਮੀਨ ਜੱਟ ਮੈਂ ਇਹ ਗੱਲ ਕਹਿ ਰਿਹਾ ਇਹ ਜ਼ਮੀਨ ਦੇ ਚੱਪੇ ਪਿੱਛੇ ਮਤਲਬ ਕਤਲ ਕਰ ਦਿੰਦੇ ਆ ਕਬਾਇਲੀ ਨੇ ਨਾ ਅਸਲ ਜਾਂਗਲੀ ਕਦੇ ਖਬਰ ਆਉਂਦੀ ਆ ਕਿ ਦੀਪ ਸਿੱਧੂ ਦਾ ਕਤਲ ਹੋਇਆ ਤੁਹਾਡੇ ਮਨ 'ਤੇ ਕੀ ਅਸਰ ਆ ਵੀ ਇਹ ਕੀ ਹੋਇਆ ਪਹਿਲੀ ਗੱਲ ਤਾਂ ਇਹ ਆ ਵੀ ਕੁਛ ਵੀ ਹੋਇਆ ਹੋਵੇ ਦੀਪ ਗਿਆ ਮੇਰੇ ਲਈ ਦੋ ਡੈਥਾਂ ਹੋਈਆਂ ਉਸ ਦਿਨ ਇੱਕ ਜੋਰਾ ਇੱਕ ਦੀਪ ਕਿਉਂਕਿ ਮੈਂ ਜੋਰਾ ਦਾ ਤੀਜਾ ਪਾਰਟ ਨਹੀਂ ਬਣਾਉਂਦਾ ਤੁਹਾਡਾ ਚਿੱਤ ਨਹੀਂ ਕਰਦਾ ਬਾਈ ਜੀ ਕਿ ਮੈਂ ਨੇਰੀ ਲਿਆਈ ਜਾਵਾਂ ਵੀ ਭਾਈ ਮਹੀਨੇ ਬਾਅਦ ਹੀ ਜੇ ਕੋਈ ਬੰਦਾ ਮੈਨੂੰ ਇਹ ਕਹੇ ਕਿ ਸੇਠ ਆ ਜਾਂ ਸ਼ਾਹੂਕਾਰ ਆ ਇਹ ਮੈਨੂੰ ਗਾਲ ਵਰਗੀ ਗੱਲ ਲੱਗਦੀ ਹੈ ਕੀ ਮੰਨਦੇ ਹੋ ਕਿ ਉਹ ਜਿਹੜੇ ਪੀੜ ਤੁਸੀਂ ਬਿਆਨ ਕੀਤੇ ਉਹਨਾਂ ਨੇ ਅਮਰਦੀਪ ਗਿੱਲ ਨੂੰ ਬਣਾਇਆ ਜਾਂ ਜਿਹੜੀ ਤੁਹਾਡੀ ਸ਼ਬਦਾਂ ਦੀ ਚੋਣ ਸੀ ਉਹਨਾਂ ਨੇ ਅਮਰਦੀਪ ਗਿੱਲ ਬਣਾਇਆ ਜਾਣਦੇ ਹੋ ਕਿ ਦੁਨੀਆ ਮੇਂ ਸਭਸੇ ਬੜਾ ਬੋਝ ਕਿਆ ਹੋਤਾ ਹੈ ਬਾਪ ਕੇ ਕੰਧੋਂ ਪੇ ਬੇਟੇ ਕਾ ਜਨਾਜ਼ਾ ਮੈਂ ਉਹ ਜਨਾਜ਼ਾ ਚੱਕਿਆ ਇਸ ਕਰਕੇ ਉਹ ਬੇਟਾ ਸੀ ਬੇਟੇ ਪੁੱਤਰ ਮਰੇ ਨਾ ਭੁੱਲਦੇ ਆਲਮਾ ਚਿੱਤ ਨਹੀਂ ਕਰਦਾ ਫਿਰ ਇੱਕ ਲੈ ਕੇ ਕਲਾਕਾਰ ਪੇਸ਼ ਕਰਾਂ ਬੜੇ ਐਕਟਰ ਕਹਿੰਦੇ ਨੇ ਬੜੇ ਲੋਕ ਕਹਿੰਦੇ ਨੇ ਅਸੀਂ ਪੈਸਾ ਲਾਉਣ ਨੂੰ ਤਿਆਰ ਹਾਂ ਜੋਰਾ ਦਾ ਥਰਡ ਚੈਪਟਰ ਬਣਾਓ ਮੈਂ ਨਹੀਂ ਬਣਾਉਂਦਾ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹੋਏ ਸਾਡੇ ਦੋਵਾਂ ਦੇ ਨਾਲ ਅੱਜ ਫਿਰ ਤੋਂ ਮੌਜੂਦ ਨੇ ਅਮਰਦੀਪ ਗਿੱਲ ਹੋਰੀ ਇੱਕ ਵਾਰ ਫਿਰ ਤੋਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਇੱਕ ਵਾਰੀ ਫਿਰ ਸਵਾਗਤ ਬਹੁਤ ਮਿਹਰਬਾਨੀ ਜੀ ਬਾਈ ਜੀ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਵੀ ਰੁਪਈਏ ਤੁਸੀਂ ਇੰਨੇ ਕਮਾਏ ਗੀਤਕਾਰੀ ਦੇ ਵਿੱਚੋਂ ਵੀ ਈਡੀ ਦੀਆਂ ਰੇਡਾਂ ਪੈਂਦੀਆਂ ਤੁਹਾਡੇ ਬਾਰੇ ਚਰਚਾ ਚੱਲਦੀ ਦਿੱਲੀ ਦੇ ਵਿੱਚ ਦਫ਼ਤਰਾਂ ਦੇ ਵਿੱਚ ਵੀ ਛਾਪਾ ਮਾਰ ਕੇ ਸਿਰਾਣੇ ਦੇ ਵਿੱਚੋਂ ਨੋਟ ਲੱਭਣੇ ਆ ਇਹ ਗੱਦੀ ਜਿਹੜੀ ਆ ਕੁਰਸੀ ਵਾਲੀ ਉਹਦੇ ਕੋਲ ਲੱਭਣੇ ਆ ਕਾਸ਼ ਇਦਾਂ ਹੁੰਦਾ ਤੁਹਾਡੇ ਮੂੰਹ ਦੇ ਵਿੱਚ ਕੀ ਸ਼ੱਕਰ ਕਾਸ਼ ਇਦਾਂ ਹੋਇਆ ਹੁੰਦਾ ਤਾਂ ਨਾ ਤਾਂ ਮੇਰੀ ਜ਼ਮੀਨ ਵਿਕਦੀ ਨਾ ਮੈਨੂੰ ਹੋਰ ਆਰਥਿਕ ਤੰਗੀਆਂ ਝੱਲਣੀਆਂ ਪੈਂਦੀਆਂ ਕਾਸ਼ ਮੈਂ ਵੀ ਮੇਰੇ ਵੱਡੇ ਭਰਾ ਭਿੰਦਰ ਡੱਬ ਵਾਲੀ ਵਾਂਗੂ ਜਾਂ ਬਚਨ ਬੇਦਿਲ ਭਾਜੀ ਵਾਂਗੂ ਪੈਸੇ ਕਮਾਏ ਹੁੰਦੇ ਉਹਨਾਂ ਵਾਂਗੂ ਸਿਆਣਫ ਨਾਲ ਚੱਲਿਆ ਹੁੰਦਾ ਤਾਂ ਮੈਂ ਵੀ ਬਹੁਤ ਅੱਜ ਤੁਸੀਂ ਕਈ ਥਾਵਾਂ 'ਤੇ ਜ਼ਮੀਨ ਵਿਕਣ ਦੀ ਗੱਲ ਕਰਦੇ ਹੋ ਉਹ ਕੋਈ ਪਰਿਵਾਰਕ ਹਾਲਾਤ ਇਹੋ ਜਿਹੇ ਬਣ ਗਏ ਜਾਂ ਗੀਤਕਾਰੀ ਦੇ ਲੇਖੇ ਲੱਗ ਗਈ ਨਹੀਂ ਨਹੀਂ ਗੀਤਕਾਰੀ ਦੇ ਤਾਂ ਨਹੀਂ ਲੱਗੀ ਉਹ ਪਰਿਵਾਰਕ ਹਾਲਾਤ ਹੀ ਇੱਦਾਂ ਦੇ ਬਣ ਗਏ ਜੀ ਚਲੋ ਉਹ ਸੌ ਨਿੱਜੀ ਗੱਲਾਂ ਹੁੰਦੀਆਂ ਜ਼ਿੰਦਗੀ ਗੱਲਾਂ ਹੁੰਦੀਆਂ ਨੇ ਜੀ ਉਹ ਤੁਹਾਨੂੰ ਦੱਸੀ ਜਾਂਦਾ ਨਾ ਮੈਂ ਕਹਿਣਾ ਹੁੰਦਾ ਵੀ ਜੱਟ ਤੋਂ ਭੈੜਾ ਨਹੀਂ ਕੋਈ ਹੁੰਦਾ ਜੱਟ ਦਾ ਵੈਰੀ ਏਦੋਂ ਬੁਰੀ ਕੋਈ ਗੱਲ ਨਹੀਂ ਹੁੰਦੀ ਇਹ ਸ਼ਰੀਕੇਬਾਜ਼ੀਆਂ ਜਿਹੜੀਆਂ ਇਹ ਘਰਾਂ ਦੇ ਘਰ ਬਰਬਾਦ ਕਰਾ ਦਿੰਦੀਆਂ ਨੇ ਉਹ ਅੱਜ ਮਤਲਬ ਹੁਣ ਤੁਸੀਂ ਦੇਖੋ ਵੀ ਮੇਰਾ ਚਾਚਾ ਬੈਠਾ ਮੇਰੇ ਚਾਚੇ ਦੇ ਮੁੰਡੇ ਵੀ ਨੇ ਪਰ ਮੈਂ ਨਹੀਂ ਮਿਲਿਆ ਉਹਨਾਂ ਨੂੰ ਪਿਛਲੇ 25-30 ਸਾਲਾਂ ਤੋਂ ਮੈਨੂੰ ਨਹੀਂ ਪਤਾ ਮੇਰੇ ਚਾਚੇ ਦੇ ਮੁੰਡਿਆਂ ਦੀ ਸ਼ਕਲ ਕਿਹੋ ਜਿਹੀ ਹੈ ਮੈਨੂੰ ਨਹੀਂ ਪਤਾ ਮੇਰੇ ਚਾਚੇ ਦੀ ਸ਼ਕਲ ਹੁਣ ਕਿਹੋ ਜਿਹੀ ਹੋਊਗੀ ਤੇ ਕਹਿੰਦੇ ਉਹਨਾਂ ਨੇ ਵੀ ਨਹੀਂ ਕੋਸ਼ਿਸ਼ ਕੀਤੀ ਨਾ ਤੁਸੀਂ ਵੀ ਨਹੀਂ ਕੀਤੀ ਮੈਂ ਕੀਤੀ ਉਹਨਾਂ ਨੇ ਨਹੀਂ ਕੀਤੀ ਉਹ ਸਿਰਫ ਮੇਰੇ ਬਾਪੂ ਦੇ ਜਿਵੇਂ ਸੰਸਕਾਰ 'ਤੇ ਸੀਗੇ ਉਦੋਂ ਆਏ ਅਦਰਵਾਈਜ਼ ਨਹੀਂ
ਮੈਨੂੰ ਦੁੱਖ ਹੁੰਦਾ ਇਸ ਗੱਲ ਦਾ, ਖਾਸ ਕਰਕੇ ਤੁਹਾਨੂੰ ਤੁਸੀਂ ਇਹ ਗੱਲ ਤਾਂ ਮੰਨ ਨਹੀਂ ਸਕਦੇ ਹੋ ਕਿ ਜਿਹੜਾ ਬੰਦਾ ਇਕੱਲਾ ਹੋਵੇ, ਹੈ ਨਾ, ਮੈਨੂੰ ਤਾਂ ਹੁੰਦਾ ਨਾ, ਮੇਰੇ ਚਾਚੇ ਦੇ ਮੁੰਡੇ ਵੀ ਹੁੰਦੇ ਨਾਲ, ਮੈਂ ਇਕੱਲਾ ਹੁਣ। ਪਰ ਜੱਟ ਬਹੁਤ ਖਰਾਬ ਕੌਮ ਆ, ਬੀਇੰਗ ਏ ਜੱਟ ਮੈਂ ਇਹ ਗੱਲ ਕਹਿ ਰਿਹਾ, ਕਿਉਂਕਿ ਇਹਦੇ ਲਈ ਨਾ ਜ਼ਮੀਨ ਹੀ ਸਭ ਤੋਂ ਵੱਡੀ ਚੀਜ਼, ਇਹ ਜ਼ਮੀਨ ਦੇ ਚੱਪੇ ਪਿੱਛੇ ਮਤਲਬ ਕਤਲ ਕਰ ਦਿੰਦੇ ਆ, ਔਰ ਸ਼ਰੀਕੇਬਾਜ਼ੀ 'ਚ ਕੁਛ ਵੀ ਵਿਗਾੜ ਲੈਂਦੇ ਆ। ਕਬਾਇਲੀ ਨੇ ਨਾ ਅਸਲ 'ਚ, ਜਾਂਗਲੀ ਉਹੀ ਨੇ ਇਹ, ਉਹ ਬਾਂਹ 'ਚ ਊਂ ਭਾਵੇਂ ਆਪਦੇ ਆਪ ਨੂੰ ਗਿੱਲ ਸਾਹਿਬ ਕਹਾਈ ਜਾਣ, ਚਾਹੇ ਸਿੱਧੂ ਸਾਹਿਬ ਕਹਾਈ ਜਾਣ, ਜੜ੍ਹਾਂ 'ਚ ਤਾਂ ਉਹ ਪਿਆ ਨਾ, ਫਿਊਡਲਿਜ਼ਮ ਪਿਆ ਨਾ ਉਹ ਆ। ਇਸ ਕਰਕੇ ਉਹ ਦੁੱਖ ਆ ਮੈਨੂੰ ਉਸ ਗੱਲ ਦਾ ਵੀ ਬਹੁਤ, ਮੇਰੇ ਬਾਪੂ ਨੂੰ ਬਹੁਤ ਦੁੱਖ ਸੀ, ਮੇਰਾ ਬਾਪੂ ਉਹੀ ਦੁੱਖ ਨਾਲ ਲੈ ਕੇ ਚਲਾ ਗਿਆ। ਚਲੋ ਇਹ ਦੁੱਖ ਵੀ ਬਾਈ ਜੀ ਖਤਮ ਹੋਵੇ ਅਤੇ ਸਭ ਦਾ ਸਾਰਿਆਂ ਨਾਲ ਮੇਲ ਹੋਵੇ, ਬਿਲਕੁਲ ਜੀ ਬਿਲਕੁਲ, ਇਹਦੀ ਅਸੀਂ ਅਰਦਾਸ ਕਰਦੇ ਹਾਂ, ਗਿਲੇ ਸ਼ਿਕਵੇ ਮੁੱਕਣ, ਬਿਲਕੁਲ, ਜੇ ਮੁਕਾਉਣ ਯੋਗ ਹੋਣ ਤਾਂ। ਬਾਕੀ ਹਰ ਬੰਦੇ ਦੀ ਜ਼ਿੰਦਗੀ ਦੇ ਕਈ ਵਰਕੇ ਆ, ਕੋਈ ਗਿਲਾ ਸ਼ਿਕਵਾ ਸਵਾਰਨ ਦੀ ਰੇ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਨਾ ਹੋ ਸਕੇ, ਜਿਹਨੂੰ ਆਪਾਂ ਗਿਲਾ ਸ਼ਿਕਵਾ ਕਹਿੰਦੇ ਹਾਂ ਉਹ ਮੁੱਕ ਸਕਦਾ ਹੁੰਦਾ, ਬਸ਼ਰਤੇ ਦੋਨੇ ਮੁਕਾਉਣਾ ਚਾਹੁੰਦੇ ਹੋਣ। ਹਰ ਕਿਤੇ ਹੀ ਮੁੱਕ ਸਕਦਾ ਹੁੰਦਾ, ਪਤੀ ਪਤਨੀ 'ਚ ਵੀ ਮੁੱਕ ਸਕਦਾ ਹੁੰਦਾ, ਮਹਿਬੂਬ 'ਚ ਵੀ ਮੁੱਕ ਸਕਦਾ, ਦੋਸਤਾਂ 'ਚ ਵੀ ਮੁੱਕ ਸਕਦਾ। ਅਸੀਂ ਹੈਂਕੜੀ ਬਹੁਤ ਲਈ ਫਿਰਦੇ ਹਾਂ, ਬਹੁਤ ਹੈਂਕੜ ਆ, ਸਾਨੂੰ ਐਂ ਲੱਗਦਾ ਅਸੀਂ ਤਾਂ ਮਰਨਾ ਹੀ ਨਹੀਂ, ਦੂਜੇ ਨੇ ਮਰਨਾ, ਅਸੀਂ ਤਾਂ ਇਦੂ ਖਨੀ ਜਵਾਨ ਹੀ ਹੋਣਾ, ਅਸੀਂ ਝੁਕਣਾ ਨਹੀਂ ਚਾਹੁੰਦੇ, ਝੁਕਣਾ ਨਹੀਂ ਅਸੀਂ ਕਿਤੇ। ਜਦੋਂ ਕਿ ਮੰਨ ਲੈਣੀ ਚਾਹੀਦੀ ਆ ਗੱਲ, ਕੋਈ ਰਿਸ਼ਤਾ ਕੋਈ ਗੱਲਾਂ ਮਤਲਬ, ਤੁਹਾਨੂੰ ਬਹੁਤ ਕੰਮ ਖਰਾਬ ਨੇ ਜੀ ਬੜੇ, ਇੱਥੇ ਸਕੇ ਭੈਣ ਭਰਾ ਬੋਲਣੋਂ ਹਟ ਜਾਂਦੇ ਆ ਜ਼ਮੀਨ ਪਿੱਛੇ, ਹੈ ਨਾ। ਭੈਣਾਂ ਦੇਖਿਆ ਮੈਂ ਅਕੇ, ਭੈਣ ਦੇ ਨਾਂ 'ਤੇ ਬੰਦੇ ਨੇ ਆਪਦੇ ਨਾਂ ਜ਼ਮੀਨ ਕਰਾ ਲਈ, ਆਪਦੀ ਘਰ ਵਾਲੀ ਨੂੰ ਖੜਾ ਲਿਆ ਭੈਣ ਬਣਾ ਕੇ, ਮਤਲਬ ਜਿਵੇਂ ਮੈਂ ਭੈਣ ਦੀ ਜਗ੍ਹਾ 'ਤੇ ਆਪਣੀ ਘਰ ਵਾਲੀ ਨੂੰ ਖੜਾ ਕਰਤਾ, ਖੜਾ ਕੇ ਜ਼ਮੀਨ ਨਾਂ ਕਰਾ ਲਈ। ਅੱਛਾ ਹਾਂ, ਅਤੇ ਭੈਣਾਂ ਵਰਤਣੋਂ ਛੱਡਤੀਆਂ, ਉਹ ਕਹਿ ਰਿਹਾ ਕੋਈ ਗੱਲ ਨਹੀਂ ਮੈਥੋਂ ਕੋਈ ਉਹਨੇ, ਮੈਂ ਨਹੀਂ, ਜੇ ਮੈਂ ਉਹਨਾਂ ਨਾਲ ਵਰਤਦਾ ਰਹਿੰਦਾ ਉਹਨਾਂ ਨੇ ਜ਼ਮੀਨ ਲੈ ਜਾਣੀ ਸੀ। ਹੁਣ ਦੂਜੇ ਪਾਸੇ ਐਂ ਵੀ ਦੇਖਿਆ ਮੈਂ ਕਿ ਪੁੱਤ ਨੂੰ ਪਿਓ ਮਾਂ ਨੇ ਬੇਦਖਲ ਕਰਤਾ, ਜ਼ਮੀਨ ਭੈਣਾਂ ਨੂੰ ਦੇਤੀ। ਐਂ ਵੀ ਦੇਖਿਆ ਕਿ ਭੈਣਾਂ ਕਹਿ ਰਹੀਆਂ ਕਿ ਸਾਡੀ ਜ਼ਮੀਨ ਦੇ, ਤਾਂ ਭਰਾ ਕਹਿ ਰਿਹਾ ਜ਼ਮੀਨ ਤਾਂ ਤੁਹਾਡੀ ਨਹੀਂ ਦੇਣੀ ਤੁਹਾਨੂੰ, ਜੇ ਤੁਸੀਂ ਨਾਨਕ ਸ਼ੱਕ ਭਰਾਉਣੀ ਆ ਤਾਂ ਫਿਰ ਜ਼ਮੀਨ ਮੈਨੂੰ ਦਿਓ, ਜੇ ਤੁਸੀਂ ਮੈਨੂੰ ਨਹੀਂ ਦਿੰਦੇ ਜ਼ਮੀਨ ਫਿਰ ਤੁਹਾਡੇ ਇਹ ਨਾ ਸੋਚਿਓ ਵੀ ਤੁਹਾਡੇ ਬੇਟਾ ਜਾਂ ਬੇਟੀ ਦੇ ਨਾਨਕ ਸ਼ੱਕ ਭਰਨ ਆ ਜਾਂਗੇ ਅਸੀਂ। ਆਹ ਸੱਚਾਈ ਹੈ, ਇਹ ਸਮਾਜ ਦਾ ਉਹ ਪਹਿਲੂ ਆ ਜਿਹਦੇ ਵੱਲ ਪਤਾ ਸਾਨੂੰ ਸਾਰਿਆਂ ਨੂੰ ਹੀ ਆ, ਪਰ ਅਸੀਂ ਇਹਨੂੰ ਖੁਰਚ ਦੇ ਨਹੀਂ ਗੇ। ਅਤੇ ਜਿਹਨੇ ਭੈਣ ਬਣਾ ਕੇ ਖੜਾਈ ਆਪਦੀ ਘਰ ਵਾਲੀ, ਮੈਂ ਚਾਹੁੰਦਾ ਵੀ 21 ਤੋਪਾਂ ਹੋਣ ਅਤੇ 21 ਤੋਪਾਂ ਉਹਦੇ ਵੱਲ ਕਰਕੇ ਚਲਾਈਆਂ ਜਾਣ, ਸਲਾਮੀ ਵਾਲਾ ਤਾਂ ਕੰਮ ਇਹਨੇ ਕੀਤਾ ਨਹੀਂ ਗਾ, ਲੱਕ ਦੀ ਲਾਣਤੀ ਹੈ ਬਾਈ ਜੀ। ਅਮਰਿੰਦਰ ਗਿੱਲ ਅਤੇ ਅਮਰਦੀਪ ਗਿੱਲ ਇਹ ਬਿਲਕੁਲ ਉਵੇਂ ਹੀ ਲੱਗਦੇ ਆ ਜਿਵੇਂ ਸੁਖਸ਼ਿੰਦਰ ਸ਼ਿੰਦਾ ਅਤੇ ਸੁਰਿੰਦਰ ਸ਼ਿੰਦਾ। ਸੁਰਿੰਦਰ ਸ਼ਿੰਦਾ ਸਾਹਿਬ ਆ ਜਿਹੜੇ, ਉਹਨਾਂ ਨਾਲ ਸਾਡਾ ਬਹੁਤ ਬੁੱਕਲ ਖੁੱਲ੍ਹੀ ਸੀ, ਬੜੇ ਸਤਿਕਾਰਯੋਗ ਸੁਖਸ਼ਿੰਦਰ ਬਾਈ ਵੀ, ਬਹੁਤ ਭਰਾ ਸਾਡੇ। ਉਹ ਸੁਰਿੰਦਰ ਸ਼ਿੰਦਾ ਬਾਈ ਜੀ ਨੇ ਇੱਕ ਵਾਰੀ ਮੈਨੂੰ ਕਿਹਾ, ਕਹਿੰਦੇ ਯਾਰ ਉਹ ਜਿਹੜਾ ਨਵਾਂ ਆਪਣਾ ਬੰਦਾ ਚੱਲਿਆ ਨਾ, ਕਈ ਵਾਰੀ ਮੈਨੂੰ ਫੋਨ ਆ ਜਾਂਦਾ ਵੀ ਯਾਰ ਤੁਹਾਡਾ ਆਹ ਗਾਣਾ ਸੁਣਿਆ। ਉਵੇਂ ਹੀ ਮੇਰਾ ਖਿਆਲ ਆ ਵੀ ਤੁਹਾਨੂੰ ਵੀ ਬੜੇ ਸੱਜਣੇ ਗੱਲ ਕਹਿ ਦਿੰਦੇ ਹੁੰਦੇ ਸਨ ਜਾਂ ਹਨ ਕਿ ਭਾਈ ਅਮਰਿੰਦਰ ਗਿੱਲ ਤੁਹਾਡਾ ਭਰਾ। ਇਹ ਮਾਝੇ ਦਾ ਅਤੇ ਮਾਲਵੇ ਦਾ ਮੇਲ ਕਿਵੇਂ ਹੋਇਆ ਸੀ? ਇਹਦੇ 'ਚ ਇੱਕ ਗੱਲ ਹੋਰ ਵੀ ਜੋੜਦਾ ਮੈਂ,
ਹੁਣ ਅੰਬਰਦੀਪ ਬਾਈ ਹੁਣ ਮੈਨੂੰ ਆਖਣਗੇ ਤੁਹਾਡੀ ਅੰਗਰੇਜ਼ ਫਿਲਮ ਬੜੀ ਵਧੀਆ ਸੀ, ਫਿਰ ਮੈਂ ਉਹਨੂੰ ਕਹਿੰਦਾ ਅੰਗਰੇਜ਼ ਅੰਬਰਦੀਪ ਦੀ ਸੀ, ਮੇਰੀ ਜੋਰਾ 10 ਨੰਬਰੀ ਸੀ। ਅੰਬਰਦੀਪ ਅਤੇ ਅਮਰਦੀਪ ਦਾ ਵੀ ਇੱਕ ਮਾਝੇ ਵਾਲਾ ਜਿਹੜਾ ਗਿੱਲ ਨਾਲ ਸਾਂਝ ਪਈ, ਉਹ ਨਾ ਇੱਕ ਨਵੇਂ ਸਾਲ ਦੇ ਪ੍ਰੋਗਰਾਮ 'ਤੇ ਇਹਨਾਂ ਦਾ ਗੀਤ ਆਇਆ ਸੀ ਹੱਸ ਕੇ ਨਾ ਲੰਘਿਆ ਕਰਨੀ, ਸਾਨੂੰ ਇਸ਼ਕ ਹੋ ਗਿਆ, ਗੁੱਡੂ ਸਿੱਧਵਾਂ ਵਾਲੇ ਵੀਰ ਜੀ ਦਾ ਗੀਤ ਸੀ ਉਹ, ਮੈਨੂੰ ਅੱਜ ਵੀ ਯਾਦ ਆ। ਬੜਾ ਪਿਆਰਾ ਭੰਗੜਾ ਸੀ, ਕੋਟ ਪੈਂਟ ਪਾਏ, ਬੜੀ ਉਹਨਾਂ ਦੀ ਇੱਕ ਬਿਲਕੁਲ ਕਹਿ ਰਹੇ ਸਰੀਰ ਦਾ ਤੂੰ ਤਨੀ ਛਿਟੀ ਵਰਗਾ ਅਮਰਿੰਦਰ ਗਿੱਲ ਨੱਚਦੇ ਫਿਰ ਇੱਧਰ ਜਾਂਦੇ ਆ ਫਿਰ ਨੱਚਦੇ ਫਿਰ, ਕਿਆ ਕੋਰੀਓਗ੍ਰਾਫੀ ਸੀ ਉਹਦੀ, ਮੈਂ ਬੜਾ ਮੈਂ ਇੱਕ ਤਾਂ ਊਂ ਹੀ ਪ੍ਰਭਾਵਿਤ ਯਾਰ, ਕਿਆ ਸੋਹਣਾ ਫਿਰ ਐਂ ਵੀ ਯਾਰ ਸਾਡਾ ਗਿੱਲ ਹੈ ਉਹ ਗੱਲ ਵੀ ਸੀ। ਉਦੋਂ ਬਾਅਦ ਕੀ ਹੋਇਆ ਕਿ ਮੈਨੂੰ ਬਠਿੰਡੇ ਇੱਕ ਸਾਡਾ ਦੋਸਤ ਆ ਥੀਏਟਰ ਦਾ ਅੰਮ੍ਰਿਤਸਰੋਂ ਮਨਚਪ੍ਰੀਤ, ਉਹ ਇੱਕ ਸ਼ੂਟਿੰਗ ਸੀਗੀ ਸੀਰੀਅਲ ਦੀ ਹੁੰਦੀ, ਉਹ ਮਿਲਿਆ ਮੈਨੂੰ, ਕਹਿੰਦਾ ਅਮਰਦੀਪ ਵੀਰੇ ਕਿ ਸਾਡੇ ਮੁੰਡਾ ਇੱਕ ਗਾਉਂਦਾ ਅਤੇ ਉਹ ਤੇਰਾ ਨੰਬਰ ਮੰਗਦਾ ਸੀਗਾ ਵੀ ਗੀਤ ਗੂਤ ਚਾਹੀਦੇ ਆ ਉਹਨੂੰ। ਮੈਂ ਕੌਣ? ਕਹਿੰਦਾ ਅਮਰਿੰਦਰ ਗਿੱਲ। ਮੈਂ ਕਿਹਾ ਯਾਰ ਉਹਨੂੰ ਤਾਂ ਮੈਂ ਭਾਲਦਾ, ਉਹਨੂੰ ਦੇਈ ਨੰਬਰ। ਫਿਰ ਮਨਚਪ੍ਰੀਤ ਨੇ ਉਹਨੂੰ ਨੰਬਰ ਦਿੱਤਾ, ਫਿਰ ਅਮਰਿੰਦਰ ਕਾਰ ਜੇ ਸਾਰੇ ਉਦੋਂ ਅਮਰਿੰਦਰ ਨੂੰ ਛੱਡ ਕੇ ਬਾਕੀ ਸਾਰੇ ਪੱਗਾਂ ਬੰਨ੍ਹਦੇ ਹੁੰਦੇ ਸੀ ਕਿਉਂਕਿ ਖਾਲਸਾ ਕਾਲਜ ਦੀ ਭੰਗੜਾ ਟੀਮ ਸੀ ਇਹ। ਇਹ ਫਿਰ ਮੇਰੇ ਕੋਲ ਆਏ, ਫਿਰ ਇਹ ਮੇਰਾ ਪਹਿਲਾ ਗੀਤ ਜਿਹੜਾ ਉਹ ਲੈ ਕੇ ਗਿਆ ਜਿਹੜਾ ਹੁਣ ਸੁਣਿਆ ਜਾਂਦਾ। ਉਸ ਟਾਈਮ ਉਹਦਾ ਵੀਡੀਓ ਨਹੀਂ ਸੀ ਬਣਿਆ, ਕਮਲੀਏ ਕੁੜੀਏ ਇੰਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਹੀਂ। ਫਿਰ ਸੈਕਿੰਡ ਗੀਤ ਸੀਗਾ ਜਿਹੜਾ ਜਿਹਦਾ ਵੀਡੀਓ ਬਣਿਆ ਜੇ ਮਿਲੇ ਉਹ ਕੁੜੀ, ਤਾਂ ਬੜੇ ਮਤਲਬ ਲੋਕਾਂ ਨੇ ਫਿਰ ਅਮਰਿੰਦਰ, ਫਿਰ ਉਹ ਸ਼ਾਇਦ ਆਪਣਾ ਸ਼ਾਇਦ ਉਹੀ ਚਿਰਾਂ ਪਿੱਛੋਂ ਸ਼ਹਿਰ ਸਾਡੇ ਆਇਆ ਹੁਣ। ਫਿਰ ਅਮਰਿੰਦਰ ਜਦੋਂ ਹੀਰੋ ਬਣਿਆ, ਸੋਚਾਂ ਵਿੱਚ ਤੂੰ, ਖਾਬਾਂ ਵਿੱਚ ਤੂੰ, ਇਹ ਸਾਰੇ ਸਾਡੀ ਇੱਕ ਬੜੀ ਵਧੀਆ ਸਾਡੀ ਇੱਕ ਜਰਨੀ ਆ ਅਮਰਿੰਦਰ ਨਾਲ, ਉਹ ਮਾਲਵੇ ਦੇ ਗਿੱਲਾਂ ਦੀ ਅਤੇ ਮਜੈਲ ਗਿੱਲਾਂ ਦੀ, ਹਾਂਜੀ ਉਹ ਬਹੁਤ ਅੱਛੀ ਜਰਨੀ ਆ ਸਾਡੀ, ਅੱਜ ਵੀ ਸਾਡੀ ਬਹੁਤ ਸਾਂਝ ਆ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਲਮ ਵੀ ਕਰ ਰਹੇ ਹਾਂ ਇੱਕ ਜੀ। ਉਹ ਬਾਈ ਜੀ ਕਿਵੇਂ ਸੀ 17 ਉਹ? ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ, ਲਿਖੇ ਇੰਜ ਲੱਗਦਾ ਏ ਮੇਰੇ ਬਿਨਾ ਰਹਿਣਾ ਉਸਨੂੰ, ਜੇ ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸਨੂੰ। ਉਹ ਸੀ ਮੇਰੇ ਖਿਆਲ ਉਹ ਚ ਪਰਲੇ ਪਾਰ ਹੱਦ ਸਰਹੱਦ ਦਾ ਵੀਰਬਾ ਵੀ ਸੀਗਾ, ਉਹ ਕੁੜੀ ਲੰਮੀ ਪੈ ਕੇ ਰਹਿੰਦੇ ਤੇ ਜਾਂਦੇ ਸੀ। ਹਾਂ ਇੱਕੋ ਦਿਨ ਵੀਡੀਓ ਚੱਲੇ ਸੀ ਦੋਨੇ ਹੀ, ਰਿੰਪੀ ਪ੍ਰਿੰਸ ਨੇ ਵੀਡੀਓ ਬਣਾਈ ਸੀ, ਰਿੰਪੀ ਪ੍ਰਿੰਸ ਦੀ ਝੰਡੀ ਹੁੰਦੀ ਸੀ ਉਦੋਂ ਵੀਡੀਓ 'ਚ, ਦੋਨੇ ਹੀ ਵੀਡੀਓ ਰੌਣਕ ਮੇਲਾ ਪ੍ਰੋਗਰਾਮ ਜਲੰਧਰ ਦਾ ਹੁੰਦਾ ਸੀ ਉਹਦੇ 'ਚ ਚੱਲੇ ਸੀ, ਇਸ਼ਕੇ ਦੀ ਮਾਰ ਅਤੇ ਇਹ, ਔਰ ਦੋਨੇ ਇਕੱਠੀਆਂ ਕੈਸਟਾਂ ਰਿਲੀਜ਼ ਹੋਈਆਂ ਸੀ। ਇਹ ਆਪਣਾ ਕੀਤੀ ਸੀਗੀ ਅੰਮ੍ਰਿਤਸਰ ਵਾਲਿਆਂ ਨੇ, ਰੂਬੀ ਬਾਈ ਨੇ, ਇਹ ਬਾਂਸਲ ਸਾਹਿਬ ਨੇ ਕੀਤੀ ਸੀ, ਪ੍ਰੀਆ ਨੇ, ਅਤੇ ਦੋਨੇ ਹੀ ਹਿੱਟ ਸੀ। ਪਰ ਥੋੜ੍ਹਾ ਰੇਤੇ ਨਾਲ ਬੜਾ ਪਿਆਰ ਪਿਆ, ਕਿਤੇ ਖੱਡ 'ਚ ਹਿੱਸਾ ਪਾਉਣ ਦਾ ਰਹਿੰਦਾ ਤਾਂ ਨਹੀਂ ਸੀਗਾ ਵੀ ਇੱਧਰ ਅਮਰਿੰਦਰ ਗਿੱਲ ਵੀ ਰੇਤੇ 'ਤੇ ਆ, ਉੱਧਰ ਰਾਣੀ ਨਦੀਪ ਰੇਤੇ 'ਤੇ ਆ, ਹਾਂਸ ਭਾਜੀ ਬੋਲਣਾ ਗੁਲਾਬੀ ਰਹੀ ਨੈਣਾ ਉਜੜ, ਹਾਂਸ ਭਾਜੀ ਵੀ ਰੇਤੇ 'ਤੇ ਜੀ, ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ ਉਹ ਵੀ ਰੇਤੇ 'ਤੇ ਆ। ਇਹਦੇ ਬਾਰੇ ਮੈਂ ਤੁਹਾਨੂੰ ਇੱਕ ਹਾਂਸ ਭਾਜੀ ਦੀ ਗੱਲ ਸੁਣਾਉਣਾ, ਮੈਨੂੰ ਬਹੁਤ ਪਿਆਰ ਆ ਡੈਜ਼ਰਟ ਨਾਲ, ਮਤਲਬ ਇੰਨਾ ਪਿਆਰ ਆ ਮੈਨੂੰ ਸੁਪਨੇ ਵੀ ਰਾਜਸਥਾਨ ਦੇ ਆਉਂਦੇ ਆ, ਮਤਲਬ ਅੱਜ ਵੀ ਮੈਨੂੰ ਨੋ ਡਾਊਟ, ਮੈਂ ਜਿਹਦਾ ਮੇਰਾ ਜੀ ਜਦੋਂ ਵੀ ਕਰਦਾ ਤਾਂ ਮੈਂ ਰਾਜਸਥਾਨ ਜਾਂਦਾ, ਹੈ ਨਾ, ਬੀਕਾਨੇਰ ਜੈਪੁਰ ਸਾਰਾ, ਮੈਨੂੰ ਡੈਜ਼ਰਟ ਮੈਨੂੰ ਬਹੁਤ ਪਸੰਦ ਆ। ਭਾਅ ਜੀ ਦਾ ਜਦੋਂ ਸਿੱਲੀ ਸਿੱਲੀ ਹੋਇਆ ਨਾ, ਉਹ ਵੀ ਉਹ ਰੇਤੇ 'ਚ ਸੀ। ਉਸ ਤੋਂ ਬਾਅਦ ਇੱਕ ਹਿੰਦੀ ਐਲਬਮ ਆਈ ਇਹਨਾਂ ਦੀ ਝਾਂਜਰੀ ਆ, ਉਹ ਵੀ ਰੇਤੇ 'ਚ ਸੀ। ਤਿੰਨ ਚਾਰ ਐਲਬਮਾਂ ਇਹਨਾਂ ਦੀਆਂ, ਵੀਡੀਓ ਰੇਤੇ 'ਚ ਬਣਾਈ ਦੀ। ਭਾਅ ਜੀ ਅੱਕ ਗਏ ਇਸ ਗੱਲ ਤੋਂ, ਹੈ ਨਾ,
ਅਤੇ ਬੋਂਬੇ ਅਸੀਂ ਬੈਠੇ ਡੀ ਸ੍ਰੀ ਦੇ ਆਫਿਸ 'ਚ ਨਵੇਂ ਵੀਡੀਓ ਦੀ ਕੋਈ ਕਰ ਰਹੇ ਸੀਗੇ ਗੱਲ ਵੀ ਡਿਜ਼ਾਇਨ ਕਰਨਾ। ਭੂਸ਼ਣ ਕਹਿੰਦਾ ਕਿ ਨਵਾਂ ਵੀਡੀਓ ਕਰਦੇ ਹਾਂ ਨਵੇਂ ਗੀਤ ਕਰ, ਭਾਜੀ ਚੁੱਪ ਜੇ ਕਰਕੇ ਜੇ ਉਹਨਾਂ ਦਾ ਸਟਾਈਲ ਆ ਗੱਲ ਉਹਨਾਂ ਨੇ ਮਤਲਬ ਦੂਜੋਂ ਕਰਨੀ ਹੁੰਦੀ ਆ, ਕਰਨੀ ਬੜੀ ਚੁੱਪ ਕਰਕੇ ਹੁੰਦੀ ਆ ਭੋਲੇ ਜੇ ਬਣ। ਉਹਨੂੰ ਕਹਿੰਦੇ ਹਾਂਜੀ ਉਹ ਕਰ ਲਿਓ ਤੁਸੀਂ, ਪਰ ਮੈਨੂੰ ਨਾ ਡਾਕਟਰ ਨੇ ਰੇਤੇ ਤੋਂ ਮਨਾ ਕੀਤਾ। ਰੇਤਾ ਸੇਤੀ ਹਾਨੀ ਕਾਰਕ ਹੈ, ਡਾਕਟਰ ਨੇ ਕਿਹਾ ਵੀ ਰੇਤੇ ਤੋਂ ਦੂਰ ਰਹਿਣਾ। ਅਸੀਂ ਬੜਾ ਸੀ, ਮੈਨੂੰ ਪਤਾ ਸੀ ਭਾਜੀ ਰੇਤੇ 'ਚ ਅਸਲ 'ਚ ਵੀਡੀਓ ਕਰਨਾ ਨਹੀਂ ਚਾਹੁੰਦੇ ਸੀ ਇਹਨਾਂ ਨੂੰ, ਯਾਰ ਕਿਸੇ ਕੋਈ ਪਹਾੜਾਂ ਭੂੜਾਂ 'ਚ ਸੋਹਣੇ ਥਾਂ ਲੈ ਕੇ ਜਾਓ ਯਾਰ, ਯਾਰੀ ਰੋਟ 'ਤੇ ਚੜ੍ਹਾ ਲੈਂਦੇ ਹੋ। ਬਾਈ ਜੀ ਅਕਸਰ ਤੁਹਾਨੂੰ ਅਸੀਂ ਦੀਪ ਸਿੱਧੂ ਦਾ ਜ਼ਿਕਰ ਕਰਦਿਆਂ ਭਾਵਕ ਹੁੰਦੇ ਵੇਖਿਆ ਜੀ ਜੀ, ਤੁਹਾਡਾ ਫਿਲਮੀ ਸਫ਼ਰ ਆ ਜਿਹੜਾ ਮੇਰਾ ਖਿਆਲ ਜੀ ਜੀ ਦੀਪ ਨਾਲ ਉਹਨਾਂ ਦੇ ਨਾਲ ਸ਼ੁਰੂ ਹੋਇਆ ਸੀ। ਐਕਚੁਅਲੀ ਦੀਪ ਨਾਲ ਫਿਲਮੀ ਸਫ਼ਰ ਨਹੀਂ ਸ਼ੁਰੂ ਹੋਇਆ, ਦੀਪ ਐਕਚੁਅਲੀ ਬਠਿੰਡੇ ਦਾ ਹੀ ਰਹਿਣ ਵਾਲਾ ਸੀ, ਮਤਲਬ ਉਹਦਾ ਪਿੰਡ ਬੇਸ਼ੱਕ ਨਾਲ ਆ ਉਹਦੇ ਕਾਰਨ ਮੁਕਤਸਰ ਦੇ, ਪਰ ਉਹਦਾ ਬਚਪਨ ਬਠਿੰਡੇ ਬੀਤਿਆ। ਦੀਪ ਦੇ ਚਾਚਾ ਜੀ ਮੇਰੇ ਕਾਲਜ ਦੇ ਸੀਨੀਅਰ ਸੀ, ਦੀਪ ਦੇ ਤਾਏ ਦਾ ਬੇਟਾ ਉਹ ਮੇਰਾ ਦੋਸਤ ਆ, ਹੋਰ ਬਹੁਤ ਸਾਰੇ ਬਠਿੰਡੇ ਕਰਕੇ ਸਾਂਝਾਂ ਸੀਗੀਆਂ। ਅਤੇ ਜੇ ਸਿਰਫ ਐਕਟਰ ਦੀ ਗੱਲ ਹੁੰਦੀ ਕਿ ਮੈਂ ਡਾਇਰੈਕਟਰ ਹਾਂ ਉਹ ਰਾਈਟਰ ਆ, ਚਲੋ ਗਏ ਹਨ, ਅਸਲ ਦੇ ਵਿੱਚ ਐਂ ਨਹੀਂ ਹੋਇਆ। ਜਦੋਂ ਅਸੀਂ ਮਿਲੇ ਤਾਂ ਸਾਡੀ ਉਹ ਜਿਹਨੂੰ ਕਹਿੰਦੇ ਹੁੰਦੇ ਆ ਨਾ ਵੀ ਰਾਗ ਮਿਲ ਗਈ, ਬਹੁਤ ਸਾਰੀਆਂ ਸਾਡੀਆਂ ਗੱਲਾਂ ਮਿਲ ਗਈਆਂ। ਫਿਰ ਦੀਪ ਮੈਨੂੰ ਕਹਿੰਦਾ ਵੀ ਮੈਂ ਜਾਣਾ ਹੀ ਸੀਗਾ ਬੋਂਬੇ, ਕਿਉਂਕਿ ਮੈਂ ਫਿਲਮ ਮੇਕਿੰਗ 'ਚ ਹੀ ਜਾਣਾ ਸੀ। ਅਤੇ ਪਹਿਲਾਂ ਮੈਂ 2000 'ਚ ਟੀ ਸੀਰੀਜ਼ ਨੇ ਮੈਨੂੰ ਬੁਲਾਇਆ ਸੀ ਸਿੱਲੀ ਸਿੱਲੀ ਹਵਾ ਵੇਲੇ, 2001-2 ਤੱਕ 2 ਸਾਲ ਰਿਹਾ ਸੀ। ਫਿਰ ਮੈਂ ਦੀਪ ਨੇ ਬੁਲਾਇਆ ਜਦੋਂ ਮੈਨੂੰ, ਉਹ 2015 ਸੀ, ਤਾਂ ਮੈਂ ਗਿਆ। ਤਾਂ ਉਦੋਂ ਮੈਂ ਮਿੱਥ ਕੇ ਗਿਆ ਸੀ ਕਿ ਹੁਣ ਮੈਂ ਐਜ਼ ਡਾਇਰੈਕਟਰ ਕੰਮ ਕਰਨਾ ਹੈਗਾ। ਅਤੇ ਦੀਪ ਨੂੰ ਮੈਂ ਜੋਰਾ ਸੁਣਾਈ, ਉਹਨੂੰ ਪਸੰਦ ਆਈ, ਅਤੇ ਚਲੋ ਸਾਡੀ ਗੱਲ। ਤਾਂ ਅਸੀਂ ਹਰ ਗੱਲ 'ਚ ਫਿਰ ਆਦਤ ਪੈ ਗਈ ਸੀ ਦੀਪ ਨੂੰ, ਮੇਰੀ ਆਦਤ ਪੈ ਗਈ ਸੀ ਵੀ ਹਰ ਗੱਲ ਉਹਨੇ ਮੇਰੇ ਨਾਲ ਕਰਨੀ ਹੈ ਨਾ, ਕਿਉਂਕਿ ਉਹਦਾ ਉੱਥੇ ਉਹਨਾਂ ਦਾ ਉਹਦਾ ਸੁਭਾਅ ਇੱਦਾਂ ਦਾ ਸੀ ਕਿ ਉਹ ਹਰ ਕਿਸੇ ਨਾਲ ਨਹੀਂ ਸੀ ਗੱਲ ਕਰਦਾ। ਉਹ ਜਦੋਂ ਵੀ ਮੇਰੇ ਨਾਲ ਉਹਦੀ ਫਿਰ ਜਿਹਨੂੰ ਰਾਗ ਮਿਲ ਗਈ, ਫਿਰ ਉਹ ਕਹਿੰਦਾ ਆਪਾਂ ਨਵਾਂ ਬੈਨਰ ਬਣਾਈਏ। ਤਾਂ ਨਵਾਂ ਬੈਨਰ ਵੀ ਮੇਰਾ ਸੋਚਿਆ ਹੋਇਆ ਸੀ, ਬਠਿੰਡੇ ਵਾਲੇ 22 ਫਿਲਮਸ ਨਿੱਕੇ ਹੁੰਦੇ ਤੋਂ ਮੈਂ ਸੋਚਿਆ ਹੋਇਆ ਸੀ ਵੀ ਬਠਿੰਡੇ ਵਾਲੇ 22 ਰੱਖੂੰਗਾ ਮੈਂ ਨਾਂ। ਫਿਰ ਜੋਰਾ, ਉਹ ਡਾਇਲਾਗ, ਉਹ ਦੀਪ ਦੀ ਪਰਸਨੈਲਿਟੀ ਨੂੰ ਇੰਨਾ ਜਚੇ ਕਿ ਲੋਕ ਉਹਨੂੰ ਜੋਰਾ ਹੀ ਕਹਿਣ ਲੱਗ ਗਏ। ਦੀਪ ਨੇ ਉਹੀ ਡਾਇਲਾਗ ਸੀ ਜਿਹੜੇ ਉਹ ਕਿਸਾਨ ਅੰਦੋਲਨ 'ਚ ਵੀ ਬੋਲਦਾ ਸੀਗਾ ਸਟੇਜ 'ਤੇ, ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੈ, ਉੱਡਣ ਵਾਲੇ ਨੂੰ ਸਮਾਨ, ਉਹ ਸਾਰੇ ਫਿਲਮ ਦੇ ਡਾਇਲਾਗ, ਉਹ ਦੀਪ ਦਾ ਸਾਰਾ ਕੁਛ। ਮੈਂ ਦੀਪ ਨੂੰ ਪਹਿਲਾਂ ਹੀ ਕਹਿਤਾ ਸੀ ਕਿ ਅਗਰ ਤੁਸੀਂ ਇਹ ਫਿਲਮ ਕਰੋਗੇ ਤਾਂ ਲੋਕ ਤੁਹਾਨੂੰ ਜੋਰਾ ਹੀ ਕਿਹਾ ਕਰਨਗੇ। ਤਾਂ ਉਹ ਸਾਰੀਆਂ ਗੱਲਾਂ ਰਲ ਗਈਆਂ, ਸਾਡਾ ਬਹੁਤ ਪਿਆਰ ਹੋ ਗਿਆ। ਇੱਕ ਜਿਹੜੀ ਅਸਲ ਗੱਲ ਸੀ, ਮਤਲਬ ਜਿੱਥੇ ਬੰਦੇ ਦੀ ਪਰਖ ਹੁੰਦੀ ਆ, ਉਹ ਇਹ ਸੀ ਕਿ ਦੀਪ ਮੈਨੂੰ ਨੇ ਉਦੋਂ ਪਹਿਲਾਂ ਰਮਤਾ ਜੋਗੀ ਬਣਾਈ ਸੀ ਜਿਹੜੀ ਨੇ ਉਹਨੂੰ ਕਾਫੀ ਨੁਕਸਾਨ ਕੀਤਾ ਸੀ ਪੈਸੇ ਟਕੇ ਦਾ। ਤੇ ਦੀਪ ਮੈਨੂੰ ਕਹਿੰਦਾ, ਕਹਿੰਦਾ ਜੀ ਵੀ ਜੋਰਾ 10 ਨੰਬਰੀ ਇਹਦਾ ਬਜਟ ਬਣਾ ਕੇ ਦਿਓ। ਮੈਂ ਬਜਟ ਬਣਾ ਕੇ ਜਦੋਂ ਦਿੱਤਾ ਤੇ ਮੈਂ ਆਪਦੇ ਪੈਸੇ ਨਾ ਲਾਏ ਭੈਣ ਜੀ ਉਹਦੇ 'ਚ, ਨਾ ਰਾਈਟਰ ਦੇ ਤੌਰ 'ਤੇ ਨਾ ਡਾਇਰੈਕਟਰ ਦੇ ਤੌਰ 'ਤੇ। ਮੈਨੂੰ ਕਹਿੰਦਾ ਤੁਸੀਂ ਆਪਦੇ ਪੈਸੇ ਨਹੀਂ ਲਾਏ ਜੀ। ਮੈਂ ਕਿਹਾ ਯਾਰ ਦੇਖ, ਮੇਰੇ ਪੈਸੇ ਤਾਂ ਮਿਲ ਹੀ ਜਾਣਗੇ, ਕੋਈ ਗੱਲ ਨਹੀਂ, ਬਾਅਦ 'ਚ ਹੋਜੂ, ਹੁਣ ਤੇਰੇ ਨਾ ਨੁਕਸਾਨ ਬਹੁਤ ਹੋ ਗਿਆ।
ਤੇ ਮੈਂ ਕੋਈ ਸਮਝੌਤਾ ਨਹੀਂ ਕਰਨਾ ਜੋਰਾ ਬਣਾਉਂਦੇ ਹੋਏ। ਮੈਨੂੰ ਟੈਕਨੀਕਲੀ ਟੈਕਨੀਸ਼ੀਅਨ ਹਰ ਚੀਜ਼ ਬਹੁਤ ਉਹੀ ਚਾਹੀਦੀ ਹੈ ਜਿਹੜੀ ਮੈਨੂੰ ਚਾਹੀਦੀ ਹੈ। ਤੂੰ 20-25 ਲੱਖ ਮੈਨੂੰ ਦੇ ਦੇਗਾ, ਬਾਅਦ 'ਚ ਤੂੰ ਆਖੇਗਾ ਪੈਸੇ ਹੁਣ ਹੈ ਨਹੀਂ ਜੀ, ਹੁਣ ਆਹ ਸਮਝੌਤਾ ਕਰ ਲਓ, ਮੈਂ ਉਹ ਨਹੀਂ ਕਰਨਾ। ਤੂੰ ਮੈਨੂੰ ਪੈਸੇ ਨਾ ਦੇ, ਜਦੋਂ ਕਿ ਮੈਨੂੰ ਪੈਸੇ ਦੀ ਲੋੜ ਸੀ, ਪਰ ਮੈਨੂੰ ਨਾ ਦੇ, ਮੈਨੂੰ ਬਾਅਦ 'ਚ ਮਿਲ ਜਾਣਗੇ, ਕੋਈ ਨਹੀਂ ਬਾਅਦ 'ਚ ਕਰ ਲਾਂਗੇ, ਫਿਲਮ ਠੋਕ ਕੇ ਬਣਾ। ਤਾਂ ਦੀਪ ਨੂੰ ਇਹ ਗੱਲ ਸਮਝ ਆ ਗਈ ਕਿ ਯਾਰ ਇਹ ਬੰਦਾ ਪੈਸੇ ਪਿੱਛੇ ਨਹੀਂ, ਇਹ ਫਿਲਮ ਦਾ ਜਨੂੰਨ ਆ, ਇਹਨੂੰ ਇਹ ਫਿਲਮ ਮੇਕਰ ਆ, ਅਸਲ ਫਿਲਮ ਮੇਕਰ ਆ, ਇਹਨੂੰ ਇਸ ਗੱਲ ਤਾਂ ਹੀ ਕੋਈ ਮਤਲਬ ਨਹੀਂ ਕਿ ਪੈਸੇ ਕਿੰਨੇ ਵੱਟਦੇ ਆ, ਗੱਲ ਇਹਨੂੰ ਇਹ ਫਿਲਮ ਬਣਾਉਣੀ ਹੈ। ਮੈਨੂੰ ਕਹਿੰਦਾ ਜੀ ਠੀਕ ਹੈ, ਫਿਰ ਚਲੋ ਜੀ, ਫਿਰ ਤੁਹਾਡਾ ਨਾਂ ਐਜ਼ ਏ ਪ੍ਰੋਡਿਊਸਰ ਪਾਵਾਂਗੇ। ਮੈਂ ਕਿਹਾ ਯਾਰ ਐਜ਼ ਏ ਪ੍ਰੋਡਿਊਸਰ ਵੀ ਮੇਰਾ ਨਾਂ ਨਾ ਪਾਈ, ਕਿਉਂਕਿ ਐਜ਼ ਏ ਪ੍ਰੋਡਿਊਸਰ ਵੀ ਮੈਨੂੰ ਨਾਂ ਨਹੀਂ ਪਸੰਦ, ਕਿਉਂਕਿ ਮੈਨੂੰ ਐਂ ਲੱਗਦਾ ਵੀ ਇਹ ਤਾਂ ਸੇਠ ਜਿਹੇ ਬੰਦੇ ਹੁੰਦੇ ਆ ਜਿਹੜੇ ਪ੍ਰੋਡਿਊਸਰ ਹੁੰਦੇ ਆ, ਹੈ ਨਾ, ਪੈਸੇ ਜੇ ਵਾਲੇ, ਸ਼ਾਹੂਕਾਰ ਜੇ। ਅਸੀਂ ਮਲੰਗ ਬੰਦੇ ਹਾਂ, ਸਾਡਾ ਕ੍ਰੀਏਟਿਵ ਹੋਣਾ, ਮੈਨੂੰ ਕੋਈ ਸ਼ਾਇਰ ਕਹਿ ਦੇਵੇ, ਮੈਨੂੰ ਕੋਈ ਅਵਾਰਾ ਕਹਿ ਦੇਵੇ, ਇਹ ਮੇਰੇ ਲਈ ਮਾਣ ਦੀ ਗੱਲ ਆ। ਮੈਨੂੰ ਕੋਈ ਮਲੰਗ ਕਹਿ ਦੇਵੇ, ਮੈਨੂੰ ਕੋਈ ਫਿਲਮਕਾਰ ਕਹੇ, ਰਾਈਟਰ ਕਹੇ, ਕਮਲਾ ਕਹਿ ਦੇ, ਇਹ ਮੇਰੇ ਲਈ ਮਾਣ ਦੀ ਗੱਲ। ਪਰ ਜੇ ਕੋਈ ਬੰਦਾ ਮੈਨੂੰ ਇਹ ਕਹੇ ਕਿ ਸੇਠ ਆ ਜਾਂ ਸ਼ਾਹੂਕਾਰ ਆ, ਇਹ ਮੈਨੂੰ ਗਾਲ ਵਰਗੀ ਗੱਲ ਲੱਗਦੀ ਹੈ। ਮੈਂ ਯਾਰ ਇਹ ਮੇਰਾ ਨਾਂ ਨਾ ਪਾਈ ਤੂੰ ਤੂੰ ਪਰਦੀਪ ਨੇ ਇੱਕ ਵਾਰੀ ਪੋਸਟਰਾਂ 'ਤੇ ਪਾ ਤਾ ਮੇਰਾ ਨਾਂ, ਪਰ ਉਹ ਰਿਲੀਜ਼ ਤੱਕ ਮੈਂ ਕਿਹਾ ਯਾਰ ਇਹਨੂੰ ਕੱਢ ਨਾ, ਮੈਨੂੰ ਸੋਹਣਾ ਨਹੀਂ ਲੱਗਦਾ, ਕਿਉਂਕਿ ਲੋਕ ਮੇਰੇ ਕੋਲ ਨਾ ਵਿਚਾਰੇ ਨਵੇਂ ਮੁੰਡੇ ਜਿਹੜੇ ਆ ਉਹ ਕਹਾਣੀਆਂ ਲੈ ਕੇ ਜਾਂ ਡਾਇਰੈਕਟਰ ਆਉਣ ਲੱਗ ਜਾਣਗੇ, ਮੇਰੇ ਕੋਲ ਪੈਸੇ ਹੈ ਨਹੀਂ ਗੇ, ਮੈਂ ਪੈਸਿਆਂ ਵਾਲਾ ਬੰਦਾ ਨਹੀਂ ਕਹਾਉਣਾ ਚਾਹੁੰਦਾ, ਮੈਂ ਕ੍ਰੀਏਟਿਵ ਬੰਦਾ ਕਹਾਉਣਾ ਚਾਹੁੰਦਾ। ਇਹ ਗੱਲਾਂ ਸੀ ਜਿਹੜੀਆਂ ਹਰਦੀਪ ਨੂੰ ਲੱਗੀਆਂ ਕਿ ਯਾਰ ਇਹ ਬੰਦਾ ਸਹੀ ਹੈ। ਦੂਸਰੀ ਗੱਲ, ਜਦੋਂ ਮੈਂ ਉਹਨੂੰ ਪਹਿਲੀ ਵਾਰੀ ਮਿਲਿਆ ਤਾਂ ਉਹਦੇ ਚਾਚੇ, ਉਹ ਮੈਨੂੰ ਜਾਣਦਾ ਨਹੀਂ ਸੀ ਵੀ ਮੈਂ ਕੌਣ ਹਾਂ, ਕਿਉਂਕਿ ਉਹ 12-13 ਸਾਲਾਂ ਦਾ ਬੋਂਬੇ ਰਹਿ ਰਿਹਾ ਸੀ। ਪਰ ਉਹਨੇ ਆਪਦੇ ਚਾਚੇ ਨੂੰ ਪੁੱਛਿਆ ਜਦੋਂ, ਤਾਂ ਉਹਦੇ ਚਾਚੇ ਨੇ ਬਹੁਤ ਵਧੀਆ ਗੱਲ ਕਹੀ, ਕਹਿੰਦਾ ਅਮਰਦੀਪ ਕੀ, ਕਹਿੰਦਾ ਮੈਨੂੰ ਕਹਾਣੀ ਸੁਣਾ, ਕਹਿੰਦਾ ਮੈਨੂੰ ਇਹ ਤਾਂ ਨਹੀਂ ਪਤਾ ਉਹ ਕੀ ਸੁਣਾ ਕੇ ਗਿਆ, ਪਰ ਬਸ ਤੂੰ ਨਾ ਉਹਦਾ ਪੱਲਾ ਫੜ ਲਾ, ਛੱਡੀ ਨਾ, ਕਿਉਂਕਿ ਇਹ ਸਹੀ ਬੰਦਾ ਜਿਹੜਾ ਤੈਨੂੰ ਸਹੀ ਥਾਂ 'ਤੇ ਲਿਜਾ ਸਕਦਾ, ਕਿਉਂਕਿ ਅਸੀਂ ਇਹਨੂੰ ਜਾਣਦੇ ਹਾਂ ਕਾਲਜ ਵੇਲੇ ਦੇ, ਜਨੂੰਨੀ ਬੰਦਾ ਹੈ, ਜਿਹੜਾ ਕੁਛ ਕਰਦਾ ਨਾ ਉਹ ਸਿਰਾ ਹੀ ਲਾਉਂਦਾ, ਬਸ ਇਹ ਸਹੀ ਬੰਦਾ ਮਿਲ ਗਿਆ ਤੈਨੂੰ। ਅਤੇ ਜਦੋਂ ਮੈਨੂੰ ਦੂਜੀ ਵਾਰੀ ਮਿਲਣ ਆਇਆ ਦੀਪ, ਤਾਂ ਦੀਪ ਸਾਰਾ ਕੁਛ ਪਤਾ ਕਰਕੇ ਆਇਆ ਸੀ, ਅਤੇ ਉੱਤਰ ਦੇ ਸਾਰ ਹੀ ਬਠਿੰਡੇ ਘਰ ਆਇਆ, ਉਹ ਮੈਨੂੰ ਕਹਿੰਦਾ ਜੀ ਮਾਫ਼ੀ ਚਾਹੂੰਗਾ ਜੀ, ਤੁਸੀਂ ਤਾਂ ਬਹੁਤ ਵੱਡੇ ਬੰਦੇ ਹੋ, ਮੈਨੂੰ ਤਾਂ ਚਾਚਾ ਜੀ ਨੇ ਦੱਸਿਆ ਅਤੇ ਮੈਂ ਆਪ ਵੀ ਪਤਾ ਕਰਕੇ ਆਇਆ ਜੀ, ਸੋਰੀ ਮੈਨੂੰ ਪਹਿਲੀ ਆ। ਮੈਂ ਕਿਹਾ ਨਹੀਂ ਯਾਰ ਉਹ ਵੱਡੇ ਵੱਡੇ ਨਹੀਂ, ਬਸ ਚਲੋ ਠੀਕ ਆ, ਤੁਹਾਨੂੰ ਪਤਾ ਲੱਗ ਗਿਆ। ਉਹ ਫਿਰ ਸਾਡੀ ਸਾਂਝ ਸੀ ਜਿਹੜੀ ਉਹ ਐਂ ਬਣੀ, ਕਿਉਂਕਿ ਮੈਂ ਦੀਪ ਨਾਲ ਉਹ ਬੰਦੇ ਕੰਮ ਕਰਦੇ ਵੀ ਦੇਖਿਆ, ਜਿਹੜੇ ਡਾਇਰੈਕਟਰ ਜਿਹੜਿਆਂ ਨੇ ਕਿਸੇ ਕਹਿਤਾ ਦੀਪ ਨੇ ਕਿ ਆਹ ਮਾੜਾ ਜਿਹਾ ਕੰਮ ਕਰ ਦਿਓ, ਆਹ ਆਊਟ ਆਫ ਦੀ ਵੇ ਜਾ ਕੇ, ਤਾਂ ਉਹ ਡਾਇਰੈਕਟਰ ਇੱਕ ਦੀਪ ਨੂੰ ਕਹਿੰਦਾ ਇਹ ਕੰਮ ਨਹੀਂ ਅਸੀਂ ਕਰਦੇ ਹੁੰਦੇ, ਅਸੀਂ ਤਾਂ ਪੈਸੇ ਲੈ ਕੇ ਗਜ ਪਾੜਦੇ ਹਾਂ। ਅੱਛਾ ਜੀ, ਹਾਂ, ਇਹ ਮੇਰੇ ਸਾਹਮਣੇ ਦੀ ਗੱਲ ਆ। ਹੁਣ ਇੱਕ ਪਾਸੇ ਮੇਰੇ ਵਰਗਾ ਬੰਦਾ ਜਿਹੜਾ ਇੰਦਰਬਾਣੀ ਨੂੰ ਕਹਿੰਦਾ ਹੱਟ ਨੂੰ ਹੀ ਅੱਗ ਲਾ ਦਿੰਦੇ ਹਾਂ, ਫਿਲਮ ਬਣਾ ਤੂੰ, ਇੱਕ ਪਾਸੇ ਉਹ ਬੰਦਾ ਜਿਹੜਾ ਕਹਿੰਦਾ ਅਸੀਂ ਪੈਸੇ ਲੈ ਕੇ ਗਜ ਪਾੜਦੇ ਹਾਂ, ਤਾਂ ਨੈਚੁਰਲੀ ਮੇਰੇ ਨਾਲ ਸਾਂਝ ਤਾਂ ਫਿਰ ਉਹਦੀ ਹੋਣੀ ਸੀ। ਫਿਰ ਉਹ ਜਿਹੜੀ ਸਾਡੀ ਸਾਂਝ ਸੀ ਉਹਦੇ 'ਚ ਬਹੁਤ ਗੱਲਾਂ ਇਹੋ ਜਿਹੀਆਂ ਸੀਗੀਆਂ, ਜਿੱਦਾਂ ਉਹ ਮੇਰੇ ਬੱਚਿਆਂ ਨੂੰ ਪਿਆਰ ਕਰਦਾ ਸੀ ਕਿ ਆਪਾਂ ਇਹਨਾਂ ਨੂੰ ਸੈੱਟ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ, ਹੈ ਨਾ, ਉਹਦੇ ਪਰਿਵਾਰ ਨਾਲ। ਉਹ ਬੰਦਾ ਇੱਕਦਮ ਤੁਹਾਡੇ ਪੈਰਾਂ ਹੇਠੋਂ ਧਰਤੀ ਕੱਢ ਗਿਆ, ਵੱਡੀ ਉਮਰ ਦਾ ਹੋਵੇ, ਬਿਮਾਰ ਹੋ ਕੇ ਮਰੇ। ਬਿਲਕੁਲ ਸਹੀ ਸੋਚ, ਗੱਲ ਤਾਂ ਇਹ ਹੁੰਦੀ ਆ ਕਿ ਅਸੀਂ
ਮੇਰੇ ਵਰਗਾ ਬਜ਼ੁਰਗ ਹੁੰਦਾ ਵੱਡਾ ਹੁੰਦਾ ਇਹ ਸੋਚ ਰਿਹਾ ਹੁੰਦਾ ਕਿ ਮੈਂ ਪਹਿਲਾਂ ਜਾਊਂਗਾ, ਹੈ ਨਾ, ਅਤੇ ਜਾ ਚੱਲਿਆ ਜਾਵੇ ਜਵਾਨ ਬੰਦਾ ਪਹਿਲਾਂ। ਉਹ ਜਿਵੇਂ ਸ਼ੋਲੇ ਦਾ ਡਾਇਲੋਗ ਸੀ ਕਿ ਜਾਣਤੇ ਹੋ ਕਿ ਦੁਨੀਆ ਮੇਂ ਸਭਸੇ ਬੜਾ ਬੋਝ ਕਿਆ ਹੋਤਾ ਹੈ, ਬਾਪ ਕੇ ਕੰਧੋਂ ਪੇ ਬੇਟੇ ਕਾ ਜਨਾਜ਼ਾ। ਬਿਲਕੁਲ ਸਹੀ, ਹੈ ਨਾ। ਹੁਣ ਮੈਂ ਉਹ ਜਨਾਜ਼ਾ ਚੱਕਿਆ, ਇਸ ਕਰਕੇ ਉਹ ਬੇਟਾ ਸੀ, ਬੇਟੇ ਪੁੱਤਰ ਮਰੇ ਨਾ ਭੁੱਲਦੇ ਆਲਮਾ, ਪੁੱਤਰ ਮਰੇ ਨਹੀਂ ਭੁੱਲਦੇ। ਤੁਹਾਡੀ ਭਾਵੁਕਤਾ ਦੀ ਬਾਈ ਜੀ ਅਸੀਂ ਕਦਰ ਕਰਦੇ ਹਾਂ ਬਹੁਤ। ਜਿਹੋ ਜਿਹਦੀ ਜਿਹਦੇ ਨਾਲ ਜਿੰਨੀ ਸਾਂਝ ਹੁੰਦੀ ਹੈ ਗੂੜੀ, ਉਹਨੂੰ ਓਨਾ ਵੱਡਾ ਦੁੱਖ ਹੁੰਦਾ, ਜਾਣਕਾਰ ਨੂੰ ਓਨਾ ਕੁ ਹੁੰਦਾ, ਰਿਸ਼ਤੇਦਾਰ ਨੂੰ ਓਨਾ ਕੁ ਹੁੰਦਾ, ਜਿਹਦੇ ਬਹੁਤ ਨੇੜਲਾ ਹੋਵੇ ਸਾਹਾਂ ਵਰਗਾ ਸਾਥੀ ਉਹਨੂੰ ਓਨਾ ਹੁੰਦਾ। ਪਰ ਬਾਈ ਜੀ ਜੇ ਦੀਪ ਸਿੱਧੂ ਅੱਜ ਵੀ ਹੁੰਦਾ ਤਾਂ ਹੋਰ ਵੀ ਕੋਈ ਅਕਸਰ ਫਿਲਮਾਂ ਦੇ ਬਾਰੇ ਯੋਜਨਾ ਬਣਦੀ ਸੀ ਵੀ ਇੱਕ ਆਪਾਂ ਆਹ ਕਰਾਂਗੇ ਕਾ ਕਰਾਂਗੇ, ਬਹੁਤ ਕੁਛ ਸੀ ਜੀ। ਅਸੀਂ ਖਾਲੜਾ ਸਾਹਿਬ 'ਤੇ ਕਰਨੀ ਸੀ, ਸੁੱਚਾ ਸੂਰਮਾ ਮੈਂ ਦੀਪ ਨਾਲ ਕਰਨੀ ਸੀ, ਅਤੇ ਆਪਣਾ ਗੁਰਜੰਟ ਸਿੰਘ ਬੋਸੇਵਾਲਾ ਵੀ ਬਾਇਓਪਿਕ ਕਰਨੀ ਸੀ ਮੈਂ, ਅਤੇ ਬਹੁਤ ਸਾਰਾ ਕੁਛ ਸੀ। ਹਰੀ ਸਿੰਘ ਨਲੂਆ ਸੀ ਇੱਕ ਦਿਨ ਕਿ ਹਿੰਦੀ ਦੇ ਵਿੱਚ ਬਹੁਤ ਵੱਡੀ 100 ਕਰੋੜ ਦੇ ਬਜਟ ਦੀ ਹਰੀ ਸਿੰਘ ਨਲਵਾ ਬਣਾਵਾਂਗੇ, ਬਹੁਤ ਸਾਰੇ ਸੁਪਨੇ ਸੀ। ਪਰ ਬਾਈ ਜੀ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਅਕਸਰ ਤੁਹਾਡੇ ਨਾ ਦਿਮਾਗ ਦੇ ਉੱਤੇ ਨੌਕ ਕਰਦੀਆਂ ਰਹਿੰਦੀਆਂ ਨੇ, ਕਿਉਂਕਿ ਜਦੋਂ ਗੱਲਾਂ ਬੰਦਾ ਕਰਦਾ ਉਦੋਂ ਸੋਚਦਾ ਨਹੀਂ ਹੈ ਵੀ ਭਵਿੱਖ 'ਚ ਕੀ ਵਾਪਰਨਾ, ਹੈ ਨਾ, ਪਰ ਜਦੋਂ ਭਵਿੱਖ 'ਚੋਂ ਗੱਲਾਂ ਚੇਤੇ ਆਉਂਦੀਆਂ ਨੇ ਉਹ ਤੁਹਾਨੂੰ ਤੰਗ ਕਰਦੀਆਂ ਨੇ, ਅੰਦਰੋਂ ਤੁਹਾਨੂੰ ਨੌਕ ਕਰਦੀਆਂ ਨੇ। ਬਹੁਤ ਸਾਰੀਆਂ ਗੱਲਾਂ ਯਾਦਾਂ ਦੀਪ ਸਿੱਧੂ ਦੇ ਨਾਲ ਤੁਹਾਡੀਆਂ ਵੀ ਇਹੋ ਜਿਹੀਆਂ ਹੋਣਗੀਆਂ, ਹੈ ਨਾ। ਕੋਈ ਐਸੀ ਗੱਲ ਜਿਹੜੀ ਅੰਦਰੋਂ ਅੰਦਰ ਤੁਹਾਨੂੰ ਬਹੁਤ ਉਹ ਕਰਦੀ ਹੋਈ ਵੀ ਆਹ ਸੁਪਨਾ ਸੀ, ਆਹ ਸੁਪਨਾ ਮੈਂ ਪੂਰਾ ਕਰਨਾ ਹੀ ਕਰਨਾ, ਆਹ ਗੱਲ ਦੀਪ ਨੇ ਮੈਨੂੰ ਕਹੀ ਸੀ, ਆਹ ਗੱਲ ਮੈਂ ਪੂਰੀ ਕਰਨੀ ਹੀ ਕਰਨੀ ਹੈ ਚਾਹੇ ਜੋ ਮਰਜ਼ੀ ਹੋ ਜਾਵੇ। ਹਾਂਜੀ, ਇਹੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਨਾ, ਇੱਕ ਤਾਂ ਅਸੀਂ ਨਾ ਲੜ ਪੈਂਦੇ ਹੁੰਦੇ ਸੀ ਆਪਸ ਵਿੱਚ ਦੀ, ਕਈ ਵਾਰੀ ਹੁੰਦਾ ਤਾਂ ਐਂ ਸੀ ਦੋ ਦੋ ਘੰਟੇ ਚਾਰ ਘੰਟੇ ਨਾ ਬੋਲੇ, ਇੱਕ ਵਾਰੀ ਅਸੀਂ 2 ਕੁ ਦਿਨ ਨਹੀਂ ਸੀ ਬੋਲੇ। ਇਹ ਗੱਲ ਮੈਨੂੰ ਬਹੁਤ ਤੰਗ ਕਰਦੀ ਆ ਹੁਣ, ਮੈਨੂੰ ਇੱਦਾਂ ਲੱਗਦਾ ਕਿ ਮੈਂ 2 ਘੰਟੇ ਅਤੇ 2 ਦਿਨ ਅਤੇ 4 ਘੰਟੇ ਜਿਹੜੇ ਆ ਉਹ ਘੱਟ ਜਿਉਂਆ ਦੀਪ ਨਾਲ, ਕਿਉਂਕਿ ਮੈਂ ਉਹ 2 ਦਿਨ ਅਤੇ 4 ਘੰਟੇ ਮੈਂ ਅਸੀਂ ਇੱਕ ਦੂਜੇ ਨਾਲ ਬੋਲੇ ਨਹੀਂ, ਹੈ ਨਾ, ਉਹ ਮੈਨੂੰ ਤੰਗ ਕਰਦੀ ਹੈ ਗੱਲ। ਫਿਰ ਮੈਨੂੰ ਇਹ ਲੱਗਦਾ ਕਿ ਯਾਰ ਮੈਂ ਉਹਦੇ 'ਤੇ ਗੁੱਸਾ ਕਾਹਤੋਂ ਕਰਦਾ ਸੀ। ਫਿਰ ਜਿਹੜੀ ਕਰਨ ਵਾਲੀ ਗੱਲ ਆ ਉਹ ਇਹ ਆ ਕਿ ਮੈਂ ਦੀਪ ਇੰਨਾ ਜ਼ਿਆਦਾ, ਮਤਲਬ ਜਦੋਂ ਮੈਂ ਉਹਨੂੰ ਹਰੀ ਸਿੰਘ ਨਲਵਾ ਸੁਣਾਉਂਦਾ ਸੀ ਨਾ ਤਾਂ ਇੰਨਾ ਐਕਸਾਈਟਡ ਹੋ ਜਾਂਦਾ ਸੀਗਾ ਉਹ ਸੀਨ ਨੂੰ ਸੁਣ ਕੇ, ਸ਼ੁਰੂਆਤ ਵੀ ਕਿੱਥੋਂ ਕਰਨੀ ਆ ਵੀ ਉਹ, ਮਤਲਬ ਮੇਰਾ ਸੁਪਨਾ ਹੈ ਕਿ ਬੇਸ਼ੱਕ ਜ਼ਿੰਦਗੀ ਦੀ ਲਾਸਟ ਫਿਲਮ ਮੈਂ ਉਹ ਬਣਾ ਸਕਾਂ, ਉਦੋਂ ਬਾਅਦ ਬੇਸ਼ੱਕ ਮੇਰੀ ਜ਼ਿੰਦਗੀ ਖਤਮ ਹੋ ਜਾਵੇ, ਪਰ ਮੈਂ ਹਰੀ ਸਿੰਘ ਨਲਵਾ ਜ਼ਰੂਰ ਬਣਾਉਣੀ ਹੈ, ਕਿਉਂਕਿ ਦੀਪ ਜਿਵੇਂ ਉਹ ਗੱਲ ਮੇਰੀ ਸੁਣਦਾ ਸੀ ਅਤੇ ਫਿਰ ਉਹ ਅੱਗੇ ਲੋਕਾਂ ਕੋਲ ਜਾ ਕੇ ਕਹਿੰਦਾ ਸੀ ਪ੍ਰੋਡਿਊਸਰਾਂ ਨੂੰ ਵੀ ਸਾਨੂੰ ਪੈਸੇ ਚਾਹੀਦੇ ਆ, ਫਿਰ ਉਹ ਫਿਰ ਮੈਨੂੰ ਜਿਹੜਾ ਮਾਣ ਦਿੰਦਾ ਸੀ ਜਦੋਂ ਐਂ ਕਹਿੰਦਾ ਸੀ ਸਰ ਨੇ ਲਿਖੀ ਆ, ਸਰ ਨੇ ਐਂ ਲਿਖਿਆ, ਉਹ ਜਿਹੜੀ ਗੱਲ ਸੀ ਨਾ ਉਹ ਬਹੁਤ ਅੰਦਰੋਂ ਵੱਢਦੀ ਹੈ ਮੈਨੂੰ। ਪਰ ਬਾਈ ਜੀ ਸਮੇਂ ਸਮੇਂ 'ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ, ਕਦੇ ਖਬਰ ਆਉਂਦੀ ਆ ਕਿ ਦੀਪ ਸਿੱਧੂ ਦਾ ਕਤਲ ਹੋਇਆ ਜੀ, ਕਦੇ ਹਾਦਸਾ ਹੋਇਆ ਜੀ। ਤੁਹਾਨੂੰ ਵੱਧ ਪਤਾ ਹੋਊਗਾ ਜੀ, ਕਿਉਂਕਿ ਤੁਹਾਡੇ ਨਾਲ ਤਾਂ ਗੱਲਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਵੀ ਕੋਈ ਸਿਆਸਤ ਵੀ ਹੋ ਰਹੀ ਹੈ ਉਹਦੇ ਪਿੱਠ ਪਿੱਛੇ ਜਾਂ ਇਹ ਕੀ ਤੁਹਾਡੇ ਮਨ 'ਤੇ ਕੀ ਅਸਰ ਆ ਵੀ ਇਹ ਕੀ ਹੋਇਆ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਵੀ ਕੁਛ ਵੀ ਹੋਇਆ ਹੋਵੇ ਦੀਪ ਗਿਆ,
ਸੱਚ। ਔਰ ਮੇਰੇ ਲਈ ਦੋ ਡੈਥਾਂ ਹੋਈਆਂ ਉਸ ਦਿਨ, ਇੱਕ ਜੋਰਾ ਅਤੇ ਇੱਕ ਦੀਪ, ਕਿਉਂਕਿ ਮੈਂ ਜੋਰਾ ਦਾ ਤੀਜਾ ਪਾਰਟ ਨਹੀਂ ਬਣਾਉਣਾ, ਦੀਪ ਤੋਂ ਬਿਨਾਂ ਮੈਂ ਜੋਰਾ ਕਿਸੇ ਨਾਲ ਨਹੀਂ ਬਣਾਉਣੀ। ਮੈਨੂੰ ਬੜੇ ਪ੍ਰੋਡਿਊਸਰ ਕਹਿੰਦੇ ਨੇ, ਬੜੇ ਐਕਟਰ ਕਹਿੰਦੇ ਨੇ, ਬੜੇ ਲੋਕ ਕਹਿੰਦੇ ਨੇ ਅਸੀਂ ਪੈਸਾ ਲਾਉਣ ਨੂੰ ਤਿਆਰ ਹਾਂ, ਜੋਰਾ ਦਾ ਥਰਡ ਚੈਪਟਰ ਬਣਾਓ। ਮੈਂ ਨਹੀਂ ਬਣਾਉਣਾ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਦੀਪ ਨੂੰ ਧੋਖਾ ਦੇਵਾਂ, ਕਿਉਂਕਿ ਮੈਂ ਦੀਪ ਨੂੰ ਸਮਰਪਿਤ ਸੀ ਸਾਰਾ ਕੁਛ ਜੋਰਾ ਦਾ। ਹੋਰ ਫਿਲਮਾਂ ਕਿਸੇ ਨਾਲ ਵੀ ਬਣਾ ਸਕਦੇ ਹਾਂ, ਪਰ ਜੋਰਾ ਮੈਂ ਦੀਪ ਤੋਂ ਬਿਨਾਂ ਸੋਚ ਨਹੀਂ ਸਕਦਾ। ਮੈਂ ਇਸ ਕਰਕੇ ਕਹਿਣਾ ਹੁੰਦਾ ਕਿ ਮੇਰੇ ਲਈ ਦੋ ਮੌਤਾਂ ਹੋਈਆਂ ਸੀ ਉਸ ਦਿਨ, ਇੱਕ ਦੀਪ ਦੀ, ਇੱਕ ਜੋਰਾ ਦੀ। ਅਗਲੀ ਜਿਹੜੀ ਗੱਲ ਤੁਸੀਂ ਪੁੱਛੀ ਆ ਕਿ ਦੇਖੋ ਜੀ ਹਾਲਾਤ ਸੀ ਜਿਹੜੇ, ਉਹ ਤਾਂ ਬਿਲਕੁਲ ਐਂ ਹੀ ਸੀ ਕਿ ਹਰ ਕੋਈ ਉਹਦਾ ਵਿਰੋਧੀ ਸੀ, ਸਟੇਟ ਉਹਦੀ ਵਿਰੋਧੀ ਸੀ, ਜਿਹੜੀ ਸਟੇਟ ਦੇ ਵਿੱਚ ਮਰਿਆ ਉੱਥੇ ਵੀ ਵਿਰੋਧੀਆਂ ਦੀ ਸਰਕਾਰ ਸੀ, ਸਿਸਟਮ ਇਹੋ ਜਿਹਾ ਸੀ। ਦੂਜੀ ਗੱਲ ਇਹ ਆ ਕਿ ਕੁਛ ਲੋਕ ਇਹ ਕਹਿੰਦੇ ਨੇ ਕਿ ਯਾਰ ਉਹ ਬੜੀ ਤੇਜ਼ ਗੱਡੀ ਚਲਾਉਂਦਾ ਸੀ, ਈਵਨ ਕਿ ਉਹਦੇ ਘਰਦਿਆਂ ਨੇ ਵੀ ਕਈਆਂ ਨੇ ਇਹ ਗੱਲ ਕਹੀ ਕਿ ਉਹ ਬੜੀ ਤੇਜ਼ ਗੱਡੀ ਚਲਾਉਂਦਾ ਸੀ। ਮੈਂ ਉਹਦੇ ਨਾਲ ਬੈਠਾਂ, ਇੱਕ ਵਾਰ ਨਹੀਂ ਸੈਂਕੜੇ ਵਾਰ ਮੈਂ ਉਹਦੇ ਨਾਲ ਬੈਠਾਂ। ਅਸੀਂ ਦੀਪ ਦੇ ਘਰੋਂ ਲੋਨਾ ਵਾਲਾ ਧਰਮਿੰਦਰ ਹੋਰਾਂ ਦਾ ਫਾਰਮ ਹਾਊਸ ਆ, ਉੱਥੋਂ ਤਾਂ ਹੀ ਜਾਂਦੇ ਹੁੰਦੇ ਸੀ, 100 ਕਿਲੋਮੀਟਰ ਸੀ ਪੂਨਾ ਰੋਡ 'ਤੇ। ਸਭ ਤੋਂ ਵੱਧ ਗੱਡੀ ਦੀਪ ਉੱਥੇ ਤੇਜ਼ ਚਲਾਉਂਦਾ ਸੀ ਅਤੇ ਮੈਂ ਇਕੱਲਾ ਹੀ ਉਹਦੇ ਨਾਲ ਬੈਠਾ ਹੁੰਦਾ ਸੀ, ਹੈ ਨਾ। ਮੈਨੂੰ ਨਹੀਂ ਲੱਗਦਾ ਕਿ ਦੀਪ ਦਾ ਐਕਸੀਡੈਂਟ ਹੋ ਸਕਦਾ, ਕਿਉਂਕਿ ਮੈਨੂੰ ਦੀਪ ਦੀ ਸਰੀਰਕ ਪਾਵਰ ਅਤੇ ਉਹਦੀ ਜਿਹੜੀ ਦਿਮਾਗੀ ਤੌਰ 'ਤੇ ਉਹਦੀ ਚੇਤਨਾ ਸੀ, ਉਹਦਾ ਕੁਇਕਨੈਸ ਸੀ, ਉਹਦੇ 'ਤੇ ਯਕੀਨ ਸੀ ਕਿ ਯਾਰ ਇਹਦੇ ਤੋਂ ਗੱਡੀ ਆਊਟ ਆਫ ਕੰਟਰੋਲ ਨਹੀਂ ਹੋ ਸਕਦੀ। ਇਸ ਕਰਕੇ ਮੈਂ ਨਹੀਂ ਸਮਝਦਾ ਕਿ ਉਹਦਾ ਐਕਸੀਡੈਂਟ ਹੋਇਆ। ਬਸ ਸਾਡਾ ਦੁਖਾਂਤ ਇਹ ਆ ਕਿ ਅਸਲ 'ਚ ਕੀ ਹੋਇਆ ਇਹ ਕਦੋਂ ਪਤਾ ਲੱਗੂ, ਜਾਂ ਸਾਡੇ ਜਿਉਂਦੇ ਜੀ ਲੱਗੂ ਜਾਂ ਨਹੀਂ ਲੱਗੂ, ਇਹ ਨਹੀਂ ਪਤਾ। ਅੱਜ ਅਮਰਦੀਪ ਗਿੱਲ ਨੂੰ ਗੀਤਕਾਰ ਅਖਵਾ ਕੇ ਸਵਾਦ ਆਉਂਦਾ ਕਿ ਨਿਰਦੇਸ਼ਕ ਫਿਲਮਕਾਰ? ਫਿਲਮਕਾਰ ਚਿੱਤ ਨਹੀਂ ਕਰਦਾ ਕੋਈ ਫਿਰ? ਹੁਣ ਤਾਂ ਜਿਵੇਂ ਅੱਜ ਕੱਲ੍ਹ ਦਬੜੂ ਘੁਸੜੂ 'ਚ ਚੱਲੀ ਜਾਂਦਾ, ਉਹ ਚਿੱਟੇ ਦੀ ਗੱਲ ਆ ਗਈ, ਬੰਦੂਕ ਦੀ ਗੱਲ ਆ ਗਈ, ਵੈਲੀ ਦੀ ਗੱਲ ਆ ਗਈ, ਵੀ ਮੈਂ ਕੋਈ ਫਿਰ ਇੱਕ ਲੈ ਕੇ ਕਲਾਕਾਰ ਪੇਸ਼ ਕਰਾਂ। ਆਪਣਾ ਗੀਤ ਆ ਰਿਹਾ 2025 'ਚ, ਉਹੀ ਗੀਤ ਆ ਰਿਹਾ ਜਿਹੜੇ ਨੂੰ 2025 'ਚ 25 ਸਾਲ ਹੋ ਗਏ। ਉਹਦਾ ਸੈਕਿੰਡ ਵਰਜ਼ਨ ਆ ਰਿਹਾ। ਵਾਹ, ਗਾਇਆ ਵੀ ਉਹਨਾਂ ਨੇ ਹੀ ਆ। ਇਹ ਹੁਣ ਤੁਸੀਂ ਸੋਚੋ ਵੀ ਕਿਹਨੇ ਗਾਇਆ। ਚਲੋ, ਜਿਨ੍ਹਾਂ ਨੇ ਵੀ ਗਾਇਆ, ਮਤਲਬ ਤੁਹਾਡੀਆਂ ਜਿਹਨੂੰ ਕਹਿੰਦੇ ਹੁੰਦੇ ਆ ਮੇਰੇ ਨੂੰ ਜਿੰਨੇ ਪਿਆਰ ਕਰਨ ਵਾਲੇ, ਅਮਰਦੀਪ ਗਿੱਲ ਗੀਤਕਾਰ ਨੂੰ ਪਿਆਰ ਕਰਨ ਵਾਲੇ ਸਾਰਿਆਂ ਦੇ ਅਲਾਂਭੇ ਆਪਾਂ ਦੂਰ ਕਰ ਦਿਆਂਗੇ। ਤੇ ਪਰ ਬਾਈ ਜੀ ਇਹ ਵੀ ਤਾਂ ਇੱਕ ਮੈਨੂੰ ਲੱਗਦਾ ਵੀ ਸਹਿਜਤਾ ਦੀ ਬਹੁਤ ਵੱਡੀ ਉਦਾਹਰਨ ਆ ਕਿ ਟਹਿਣੀ ਆਪਣਾ ਇੱਕ ਗੀਤ ਆ ਰਿਹਾ 2025 ਮੈਂ ਕਿਹਾ ਕਿਤੇ ਕਹਿਣਗੇ ਵੀ ਭਾਈ 2000 ਗੀਤ ਆਪਣਾ 2025 'ਚ ਆ ਰਿਹਾ, 2025 'ਚ ਆਪਣਾ ਇੱਕ ਗੀਤ ਆ ਰਿਹਾ। ਤੁਹਾਡਾ ਚਿੱਤ ਨਹੀਂ ਕਰਦਾ ਬਾਈ ਜੀ ਕਿ ਮੈਂ ਨੇਰੀ ਲਿਆਈ ਜਾਵਾਂ ਵੀ ਭਾਈ ਮਹੀਨੇ ਬਾਅਦ ਹੀ? ਵੀਰੇ ਤੁਸੀਂ ਸੋਚੋ, ਅੱਜ ਤਾਂ ਉਹ ਸਾਰਾ ਕੁਛ ਦੇਖ ਲਿਆ ਮੈਂ। ਹਾਂ, ਗੀਤ ਦੇ ਸਿਰ 'ਤੇ ਮੈਂ ਜਹਾਜ਼ ਚੜ੍ਹ ਲਿਆ, ਗੀਤ ਦੇ ਸਿਰ 'ਤੇ ਮੈਂ ਕਾਰਾਂ ਝੂਟ ਲਈਆਂ, ਗੀਤ ਦੇ ਸਿਰ 'ਤੇ ਮੈਂ ਬੋਂਬੇ ਦੇ ਵੱਡੇ ਵੱਡੇ ਜਿਹੜੇ ਆ ਘਰਾਂ 'ਚ ਰਹਿ ਲਿਆ, ਹੈ ਨਾ, ਸਭ ਕੁਛ ਕਰ ਲਿਆ ਮੈਂ। ਉਹ ਜਦੋਂ ਮੈਂ ਗਿਆ ਸੀ ਨਾ, ਇੱਕ ਛੋਟੀ ਜਿਹੀ ਗੱਲ ਦੱਸਦਾ, ਉੱਥੇ ਆਪਣਾ ਬੋਂਬੇ ਤੋਂ ਮੈਨੂੰ ਗੀਤਕਾਰ ਸ਼ਾਮ ਬਲਕਾਰ, ਜਿਹਨਾਂ ਦਾ ਦਿਲ ਚੋਰੀ ਸਾਡਾ ਹੋ ਗਿਆ, ਕੀ ਕਰੀਏ ਕੀ ਕਰੀਏ, ਉਹ ਗਾਣਾ ਸੀ ਤੇ ਮੈਨੂੰ ਕਹਿੰਦੇ ਕਾਹਦੇ 'ਤੇ ਆਏ ਹੋ ਜੀ ਤੁਸੀਂ? ਮੈਂ ਕਿਵੇਂ
ਕਹਿੰਦੇ ਵੀ ਬਠਿੰਡਿਓਂ ਕਾਹਦੇ 'ਤੇ ਆਏ ਹੋ, ਬਾਈ ਰੋਡ ਆਏ ਹੋ, ਬਾਈ ਟ੍ਰੇਨ ਆਏ ਹੋ, ਬਾਈ ਪਲੇਨ ਆਏ ਹੋ? ਮੈਂ ਕਿਹਾ ਮੈਂ ਆਪਦੇ ਗੀਤ 'ਤੇ ਚੜ੍ਹ ਕੇ ਆਇਆ, ਕਿਉਂਕਿ ਭੈਣ ਜੀ ਮੈਨੂੰ ਗੀਤ ਕਰਕੇ ਹੀ ਫੋਨ ਕੀਤਾ ਸੀ ਨਾ ਟੀ ਸੀ ਜੀ ਨੇ, ਤਾਂ ਹੀ ਟਿਕਟ ਭੇਜੀ ਸੀ ਨਾ। ਸਾਡਾ ਟੇਲੈਂਟ ਹੀ ਸਾਡਾ ਜਹਾਜ਼ ਹੁੰਦਾ। ਉਹ ਜਿਵੇਂ ਕਹਿੰਦੇ ਹੁੰਦੇ ਗੁਰਾਂ ਨੇ ਜਹਾਜ਼ ਬਣਾਇਆ, ਆ ਜਾਓ ਜਿਹਨੇ ਪਾਰ ਲੰਘਣਾ। ਉਹ ਜਹਾਜ਼ ਆ ਨਾ ਜਿਹੜਾ, ਉਹ ਅਸਲ 'ਚ ਕਲਾਕ੍ਰਿਤੀ ਹੁੰਦੀ ਆ। ਉਹ ਨਾਮ ਦਾ ਜਹਾਜ਼ ਆ, ਇਹ ਕਲਾ ਦਾ ਜਹਾਜ਼ ਆ, ਹੈ ਨਾ ਜੀ। ਮੈਂ ਅੱਜ ਤਾਂ ਸਾਰਾ ਕੁਛ, ਹਰ ਸਟਾਰਡਮ, ਹਰ ਕੁਛ ਅਸੀਂ ਮਾਣ ਕੇ ਬੈਠੇ ਹਾਂ। ਮੈਂ ਤਾਂ ਵੀਰ ਜੀ 25 ਸਾਲ ਦੀ ਉਮਰ 'ਚ ਵੀ 5 ਸਾਲ ਉਡੀਕਿਆ ਸੀ ਹੰਸ ਭਾਅ ਜੀ ਦੇ ਗੀਤ ਗਾਉਣ ਨੂੰ। ਉਦੋਂ ਵੀ ਮੈਂ ਇਹ ਨਹੀਂ ਸੀ ਕਿਹਾ ਵੀ ਭਾਅ ਜੀ ਹਾੜਾ ਹਾੜਾ ਐਤਕੀ ਗਾ ਦਿਓ। ਜਿੱਦਾਂ ਭਾਅ ਜੀ ਨੇ ਕਿਹਾ ਉੱਦਾਂ ਹੀ ਗਾਇਆ ਉਹਨਾਂ ਨੇ। ਮੈਂ ਨਹੀਂ ਕਦੇ ਕਿਹਾ ਉਹਨਾਂ ਨੂੰ ਕਿ ਮੇਰਾ ਗੀਤ ਗਾ ਦਿਓ, ਕਿਉਂਕਿ ਮੈਨੂੰ ਭਾਅ ਜੀ ਦਾ ਪਿਆਰ ਇੰਨਾ ਮਿਲਦਾ ਸੀ। ਭਾਅ ਜੀ ਮੇਰਾ ਕਮਰਾ ਹੁੰਦਾ ਸੀਗਾ, ਇਹ ਅਮਰਦੀਪ ਦਾ ਕਮਰਾ, ਇਹਦੇ 'ਚ ਕੋਈ ਨਵੀਂ ਯੁਵੀ ਕੋਈ ਨਹੀਂ ਜਾਣਾ ਚਾਹੀਦਾ, ਐਂ ਹੁੰਦਾ ਸੀ। ਵਾਹ, ਤਾਂ ਮੈਂ ਉਹ ਸਾਰਾ ਕੁਛ ਦੇਖਿਆ ਵਿਆ। ਇਸ ਕਰਕੇ ਗੀਤ ਤਾਂ ਮੈਨੂੰ ਇੱਦਾਂ ਹੀ ਆ ਵੀ ਆਊਗਾ ਤਾਂ ਬਹੁਤ ਵੱਡਾ ਗੀਤ ਹੋਊਗਾ, ਬਹੁਤ ਵਧੀਆ ਗੀਤ ਹੋਊਗਾ, ਔਰ ਹੋਰ ਵੀ ਬਹੁਤ ਸਾਰੇ ਗੀਤ ਆਉਣਗੇ। ਅਮਰਿੰਦਰ ਵੀ ਗਾਊਗਾ, ਹੋਰ ਇੱਕ ਦੋ ਨਵੀਆਂ ਆਵਾਜ਼ਾਂ ਵੀ ਪੇਸ਼ ਕਰਦੇ ਹਾਂ। ਉਹ ਤੁਹਾਡੀ ਗੱਲ ਸਹੀ ਆ, ਉਹ ਤਾਂ ਚਲੋ ਹਾਸੇ 'ਚ ਰਹੇਗੀ। ਜਿਹੜਾ ਜਿਹੜੇ ਵੀ ਮੁੰਡੇ ਕੁੜੀਆਂ ਸੁਣਦੇ ਆ ਮੈਨੂੰ, ਉਹ ਸਾਗਾ ਕੰਪਨੀ ਆ ਅੱਜ ਆਪਣੇ ਕੋਲ ਮਿਊਜ਼ਿਕ ਕੰਪਨੀ, ਜਿਹਦੇ ਨਾਲ ਮੈਂ ਅਗਲੀਆਂ ਫਿਲਮਾਂ ਕਰ ਰਿਹਾ, ਮੇਰੀਆਂ ਵੈੱਬ ਸੀਰੀਜ਼ ਆ ਰਹੀਆਂ ਕੇਬਲ 1 OTT 'ਤੇ, ਉਹ ਵੀ ਸਾਗਾ ਦਾ ਹੀ ਹੈ। ਤਾਂ ਨਵੇਂ ਮੁੰਡੇ ਕੁੜੀਆਂ ਮੈਨੂੰ ਸੰਪਰਕ ਕਰ ਸਕਦੇ ਨੇ, ਮੇਰੇ ਦਰਵਾਜ਼ੇ ਖੁੱਲ੍ਹੇ ਨੇ। ਪਰ ਬਾਈ ਜੀ ਤੁਸੀਂ ਪੀੜਾਂ ਦੀ ਗੱਲ ਕੀਤੀ ਸੀ, ਦੁੱਖ ਦੀ ਗੱਲ ਕੀਤੀ ਸੀ ਵੀ ਤੁਸੀਂ ਆਪਦੀਆਂ ਪੀੜਾਂ ਨੂੰ ਲਿਖਿਆ ਗੀਤਾਂ ਦੇ ਵਿੱਚ, ਕੀ ਮੰਨਦੇ ਹੋ ਕਿ ਉਹ ਜਿਹੜੇ ਪੀੜ ਤੁਸੀਂ ਬਿਆਨ ਕੀਤੇ ਉਹਨਾਂ ਨੇ ਅਮਰਦੀਪ ਗਿੱਲ ਨੂੰ ਬਣਾਇਆ, ਜਾਂ ਜਿਹੜੀ ਤੁਹਾਡੀ ਸ਼ਬਦਾਂ ਦੀ ਚੋਣ ਸੀ, ਜੋ ਤੁਸੀਂ ਪੜ੍ਹਦੇ ਰਹੇ ਹੋ, ਲਿਖਦੇ ਰਹੇ ਹੋ, ਗੀਤਾਂ ਦੀ ਚੋਣ ਸੀ, ਉਹਨਾਂ ਨੇ ਅਮਰਦੀਪ ਗਿੱਲ ਬਣਾਇਆ? ਅਸਲ 'ਚ ਭੈਣ ਜੀ ਸੱਚ ਨੇ ਬਣਾਇਆ ਹੁੰਦਾ ਕੋਈ ਵੀ ਬੰਦਾ, ਸੱਚ ਆ ਨਾ ਜਿਹੜਾ, ਕਿ ਤੁਸੀਂ ਇਹ ਚੀਜ਼ ਸੱਚੀਓ ਹੀ ਜਰੀ ਆ, ਸੱਚੀ ਝੱਲੀ ਆ, ਉਹ ਫਿਰ ਸੱਚ ਹੀ ਲਿਖਿਆ ਹੋਇਆ ਤੁਸੀਂ। ਔਰ ਜਿਹੜਾ ਤੁਹਾਡੀ ਪੜ੍ਹਾਈ ਆ ਜਾਂ ਤੁਹਾਡਾ ਚਿੰਤਨ ਆ, ਉਹ ਤੁਹਾਡੀ ਵਕੈਬਲਰੀ, ਤੁਹਾਡੀ ਸ਼ਬਦਾਵਲੀ ਨੂੰ ਵਸੀਹ ਕਰ ਦਿੰਦਾ। ਬਹੁਤ ਸਾਰੇ ਸ਼ਬਦ ਮੈਨੂੰ ਆਖਣਗੇ ਤੂੰ ਬੜੇ ਯਾਰ ਕਿਆ ਸ਼ਬਦ ਵਰਤਦਾ, ਜਦੋਂ ਕਿ ਮੇਰੇ ਲਈ ਤਾਂ ਆਮ ਹੀ ਸ਼ਬਦ ਨੇ, ਕਿਉਂਕਿ ਮੈਂ ਪੜ੍ਹੇ ਵੇ ਨੇ ਸ਼ਬਦ ਉਹ ਜਿਹੜੇ ਮੇਰੇ ਡਾਇਲਾਗ। ਹੁਣ ਕਹਿੰਦੇ ਤੂੰ ਯਾਰ ਡਾਇਲਾਗ ਤੇਰੇ ਕਮਾਲ ਦੇ, ਅਸਲ 'ਚ ਮੇਰੇ ਡਾਇਲਾਗ ਨਾ ਮੇਰੀਆਂ ਕਵਿਤਾਵਾਂ ਹੀ ਨੇ, ਕਿਉਂਕਿ ਮੈਂ ਜਿਵੇਂ ਕਵਿਤਾ ਲਿਖਦਾ ਸੀ ਉਵੇਂ ਮੈਂ ਡਾਇਲਾਗ ਲਿਖਦਾ। ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੈ ਅਤੇ ਉੱਡਣ ਵਾਲੇ ਨੂੰ ਅਸਮਾਨ, ਇਹ ਅਸਲ 'ਚ ਕਵਿਤਾ ਹੀ ਹੈ, ਹੈ ਨਾ ਜੀ। ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਬਾਈ, ਹਵਾ ਦਾ ਫਿਕਰ ਤਾਂ ਪਤੰਗਾਂ ਨੂੰ ਹੁੰਦਾ, ਬਾਜਾਂ ਨੂੰ ਥੋੜ੍ਹੀ ਹੁੰਦਾ। ਬੇਸਿਕਲੀ ਕਵਿਤਾ ਹੀ ਹੈ ਇਹ, ਉਹੀ ਗੱਲ ਆ। ਜਦੋਂ ਮੈਂ ਨਵੇਂ ਬੱਚਿਆਂ ਨੂੰ ਇਹੀ ਕਹਿਣਾ ਹੁੰਦਾ ਕਿ ਕਿਤਾਬਾਂ ਪੜ੍ਹੋ, ਤੁਹਾਡੀ ਸ਼ਬਦਾਵਲੀ ਇੰਨੀ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਹੜਾ ਸ਼ਬਦ ਕਦੋਂ ਵਰਤਣਾ ਤੁਹਾਨੂੰ ਆਪ ਨੂੰ ਵੀ ਸੋਚਣਾ ਨਾ ਪਵੇ। ਉਹ ਫਿਰ ਸੱਚਾਈ ਹੈ ਨਾ ਜਿਹੜੀ, ਇਮਾਨਦਾਰੀ, ਅੰਦਰੋਂ ਇਮਾਨਦਾਰੀ ਹੈ ਕਿ ਉਹ ਗੱਲ ਆ ਜਿਹੜੀ ਉਹਨੇ ਤੁਹਾਡੀ ਗੱਲ ਨੂੰ ਲੋਕਾਂ ਤੱਕ ਲੈ ਕੇ ਜਾਣਾ। ਔਰ ਸਾਡੇ ਜਿਹੜੇ ਵੱਡੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਿਆ, ਉਹਨਾਂ ਤੋਂ ਅਸੀਂ ਇੱਕ ਗੱਲ ਸਿੱਖੀ ਕਿ ਯਾਰ ਜਿਵੇਂ ਗੁਲਜ਼ਾਰ ਸਾਹਿਬ ਕਹਿੰਦੇ ਨੇ, ਉਹ ਕਹਿੰਦੇ ਵੀ ਪੜ੍ਹੋ 4 ਕਿਲੋ, ਕੁਛ ਇੱਦਾਂ ਦਾ ਸ਼ਬਦ ਵੀ 4 ਕਿਲੋ ਅਤੇ ਲਿਖੋ 250 ਗ੍ਰਾਮ। ਵਾਹ, ਕਿੰਨੀ ਵਧੀਆ ਗੱਲ ਆ। ਹੁਣ ਇਹ ਗੱਲ ਅਸੀਂ ਉਹਨਾਂ ਤੋਂ ਸਿੱਖੀ ਹੈ। ਦੂਸਰੀ ਗੱਲ ਇਹ ਆ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ
ਉਹ ਕਹੋ ਜਿਹੜੀ ਨਾ ਤਾਂ ਤੁਸੀਂ ਕਿਤੇ ਪੜ੍ਹੀ ਹੈ ਨਾ ਕਿਤੇ ਸੁਣੀ ਹੈ। ਸਿੱਲੀ ਸਿੱਲੀ ਆਉਂਦੀ ਹਵਾ ਕਿਤੇ ਕੋਈ ਰੋਂਦਾ ਹੋਵੇਗਾ, ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ ਹੈ ਨਾ। ਜਾਂ ਸ਼ਾਇਦ ਉਹੀ ਚਿਰਾਂ ਪਿੱਛੋਂ ਸ਼ਹਿਰ ਸਾਡੇ ਆਇਆ ਹੋਣਾ ਜੇ ਮਿਲਿਓ, ਕੋਈ ਵੀ ਸ਼ਬਦ ਮੈਂ ਕਦੇ ਵੀ ਪਹਿਲਾਂ ਨਹੀਂ ਕਿਸੇ ਤੋਂ ਪੜ੍ਹਿਆ ਸੀ। ਇਸ ਕਰਕੇ ਮੈਂ ਇਹ ਸਿੱਖਿਆ ਕਿ ਨਾ ਕਿਤੋਂ ਪੜ੍ਹਿਆ ਹੋਵੇ ਨਾ ਕਿਤੋਂ ਸੁਣਿਆ ਹੋਵੇ, ਉਹ ਗੱਲ ਲਿਖੋ। ਪਰ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਵੀ ਅਮਰਦੀਪ ਗਿੱਲ ਇੱਕ ਮੌਜੂਦਾ ਬੰਦਾ, ਚਿੱਤ ਕੀਤਾ ਕੰਮ ਕਰੂ, ਨਹੀਂ ਚਿੱਤ ਕੀਤਾ ਨਹੀਂ ਕਰਦਾ। ਹਾਂ, ਇਹ ਜਮਾਂ ਹੀ ਸੱਚ ਆ, ਕਿਉਂਕਿ ਜਿੱਥੇ ਮੈਂ ਉਹਨੂੰ ਬੰਬੇ ਸੱਦਣਾ ਸੀ, ਭਾਜੀ ਨੇ, ਭਾਜੀ ਦਾ ਮੈਨੂੰ ਫੋਨ ਆਇਆ, ਕਹਿੰਦਾ ਤੈਨੂੰ ਟੀ ਸੀ ਰੇ ਵਾਲਿਆਂ ਦਾ ਫੋਨ ਆਊ। ਮੈਂ ਕਿਹਾ ਅੱਛਾ, ਬੰਬੇ ਆ ਜੀ ਤੜਕੇ। ਮੈਂ ਕਿਹਾ ਅੱਛਾ ਆ ਜੀ ਯਾਰ। ਉਹਨਾਂ ਨੂੰ ਪਤਾ ਸੀ ਵੀ ਇਹ ਮੌਜੀ ਇਹਦਾ ਕੀ, ਇਹਨੇ ਕਿਹਾ ਜਾਂ ਛੱਡ ਪਰਾਂ ਕੀ ਲੈਣਾ। ਮੈਂ ਕਿਹਾ ਨਹੀਂ ਭਾ, ਮੈਂ ਜੰਮਿਆ ਹੀ ਬੰਬੇ ਜਾਣ ਖਾਤਰ, ਮੇਰਾ ਜਨਮ ਹੀ ਫਿਲਮ ਡਾਇਰੈਕਟਰ ਬਣਨ ਖਾਤਰ ਹੋਇਆ, ਬੰਬੇ ਰਹਿ ਕੇ ਕੰਮ ਕਰਨ ਖਾਤਰ ਹੋਇਆ। ਇਸ ਕਰਕੇ ਮੈਂ ਹੋਰ ਦੁਨੀਆ ਦੀ ਕੋਈ ਵੀ ਜਗ੍ਹਾ ਛੱਡ ਸਕਦਾ, ਪਰ ਬੰਬੇ ਮੈਂ ਜ਼ਰੂਰ ਆਊਂਗਾ, ਅਤੇ ਮੈਂ ਗਿਆ ਸੀ। ਇਹ ਹੈ ਗੱਲ, ਇਹ ਗੱਲ ਸੱਚ ਆ। ਵੈਸੇ ਆਈ ਮੌਜ ਫਕੀਰ ਦੀ, ਗਿਆ ਝੋਂਪੜੀ ਫੂਕ, ਉਹ ਲੋਕ ਸੀ। ਅਤੇ ਅੱਜ ਦੀ ਗੀਤਕਾਰੀ ਜਦੋਂ ਵੇਖਦੇ ਹੋ, ਅੱਜ ਦੇ ਗਾਣੇ ਸੁਣਦੇ ਹੋ, ਉਹਨਾਂ ਬਾਰੇ ਕੀ ਵਿਚਾਰ ਆ ਤੁਹਾਡਾ? ਬਹੁਤ ਮੈਨੂੰ ਚੰਗੇ ਲੱਗਦੇ ਆ ਭੈਣੇ, ਬਹੁਤ ਵਧੀਆ ਗੀਤ ਨੇ, ਬਹੁਤ ਨਵੇਂ ਮੁੰਡੇ ਜਿੱਦਾਂ ਹੁਣ ਨਵੇਂ, ਉਹਨਾਂ ਨੂੰ ਮੁੰਡੇ ਤਾਂ ਨਹੀਂ ਕਿਹਾ ਜਾ ਸਕਦਾ, ਸਤਿੰਦਰ ਸਰਤਾਜ ਬਹੁਤ ਅੱਛਾ ਲਿਖਦੇ ਨੇ, ਗਾਉਂਦੇ ਨੇ, ਹਰਮਨਜੀਤ ਦੇ ਗੀਤ ਬਹੁਤ ਅੱਛੇ ਨੇ, ਹੁਸਤਿੰਦਰ ਆ ਇੱਕ ਮੁੰਡਾ ਉਹ ਜਿਹੜੇ ਗੀਤ ਗਾਉਂਦਾ ਉਹ ਬਹੁਤ ਅੱਛੇ ਨੇ, ਅਰਜਨ ਢਿੱਲੋਂ ਦੇ ਵੀ ਕਈ ਗੀਤ ਅੱਛੇ ਨੇ। ਮੈਨੂੰ ਇਹ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਨੇ। ਕੋਈ ਗੱਲ, ਮੈਂ ਇੱਕ ਗੱਲ ਨੂੰ ਮੰਨਦਾ ਕਿ ਨਵੀਂ ਗੱਲ ਹਮੇਸ਼ਾ ਨਵੇਂ ਬੰਦੇ ਨਹੀਂ ਕਰਨੀ ਆ। ਜਿੱਦਾਂ ਸਾਹਿਰ ਲੁਧਿਆਣਵੀ ਸਾਹਿਬ ਨੇ ਲਿਖਿਆ ਸੀਗਾ ਉਹ ਕਵੀ ਕਵੀ ਦੇ ਗਾਣੇ 'ਚ ਕਿ ਕੱਲ੍ਹ ਔਰ ਆਏਗੇ ਨਗਮੋ ਕੀ ਖਿਲਤੀ ਕਲੀਆਂ ਚੁਣਨੇ ਵਾਲੇ, ਮੁਝਸੇ ਬਿਹਤਰ ਕਹਿਣੇ ਵਾਲੇ, ਤੁਮਸੇ ਬਿਹਤਰ ਸੁਣਨੇ ਵਾਲੇ, ਕਿਹਾ ਸੀ ਨਾ ਉਹਨਾਂ ਨੇ ਕਿ ਕੱਲ੍ਹ ਨੂੰ ਹੋਰ ਲੋਕ ਆਉਣਗੇ ਜਿਹੜੇ ਸਾਡੇ ਤੋਂ ਵੀ ਵਧੀਆ ਲਿਖਣਗੇ। ਸਹੀ, ਇਹ ਹੋਣਾ ਚਾਹੀਦਾ, ਐਂ ਨਹੀਂ ਹੋਣਾ ਚਾਹੀਦਾ ਕਿ ਆਖਰੀ ਜਿਹੜਾ ਸਭ ਤੋਂ ਸੋਹਣਾ ਸ਼ਬਦ ਆ ਆਖਰੀ ਉਹਦਾ ਅਸੀਂ ਲਿਖਤਾ, ਇਦੂ ਬਾਅਦ ਤਾਂ ਬਸ ਹੈ ਨਹੀਂ, ਦੁਨੀਆ ਖਤਮ, ਐਂ ਨਹੀਂ ਹੁੰਦਾ। ਹੁੰਦਾ, ਦੁਨੀਆ ਨੇ ਚੱਲਦੀ ਰਹਿਣਾ ਹੁੰਦਾ, ਗੱਲਾਂ ਹੋ ਹੀ ਜਾਣੀਆਂ ਹੁੰਦੀਆਂ। ਬਹੁਤ, ਇੱਕ ਮੈਂ ਫਿਲਮ ਕਰਕੇ ਆਇਆ ਹੁਣ, ਮੇਰੀ ਫਿਲਮ ਸਰਹੱਦ 1947, ਉਹਦੇ 6-7 ਗਾਣੇ ਨੇ ਉਹ ਮੈਂ ਹੀ ਲਿਖੇ ਨੇ, ਜੈਦੇਵ ਭਾਜੀ ਦਾ ਮਿਊਜ਼ਿਕ ਆ, ਬਹੁਤ ਵੱਡੇ ਵੱਡੇ ਸਿੰਗਰ ਗਾ ਰਹੇ ਨੇ, ਰਾਤ ਫਤਿਹ ਅਲੀ ਖਾਨ, ਜੋਤੀ ਨੂਰਾਂ, ਹੋਰ ਬਹੁਤ। ਉਹ ਸ਼ਬਦ ਆ ਨਾ ਜਿਹੜੇ ਗੀਤਾਂ ਦਾ, ਯਾਦ ਰੱਖਿਓ ਤੁਸੀਂ 6 ਗੀਤ, ਉਹ ਜੋ ਸ਼ਬਦ ਤੁਸੀਂ ਸੁਣੋਗੇ ਨਾ, ਉਹ ਤੁਹਾਨੂੰ ਐਂ ਹੋਊਗਾ ਕਿ ਯਾਰ ਕਿਆ ਬਾਤ ਹੈ, ਪਹਿਲੀ ਵਾਰੀ ਇਹੋ ਜਿਹੇ ਸ਼ਬਦ ਸੁਣੇ ਨੇ ਕਿ ਗੀ ਆਹ ਗੱਲ ਵੀ ਹੋ ਸਕਦੀ ਹੈ ਗੀਤਕਾਰੀ 'ਚ। ਉਹ ਵੰਡ 'ਤੇ ਆ, 1947 ਦੀ ਵੰਡ 'ਤੇ ਆ, ਮੈਨੂੰ ਬਹੁਤ ਤਸੱਲੀ ਹੋਈ। ਉਹ ਮੈਂ ਪਹਿਲੀ ਵਾਰੀ ਜੈਦੇਵ ਭਾਜੀ ਨਾਲ ਕੰਮ ਕੀਤਾ, ਅਤੇ ਜੈਦੇਵ ਭਾਜੀ ਨੇ ਮੈਨੂੰ ਇਹ ਗੱਲ ਕਹੀ, ਹਰ ਗੀਤ ਦੇ ਬਾਰੇ ਉਹਨਾਂ ਨੇ, ਹਰ ਟੇਕ ਲਾਈਨ ਬਾਰੇ ਮੈਨੂੰ ਇਹ ਗੱਲ ਕਹੀ ਕਿ ਅਮਰਦੀਪ ਭਾਜੀ ਆਹ ਗੱਲ ਮੈਂ ਪਹਿਲਾਂ ਕਦੇ ਸੁਣੀ ਨਹੀਂ। ਬਹੁਤ ਵਧੀਆ, ਤਾਂ ਬੜਾ ਚੰਗਾ ਲੱਗਦਾ। ਬਾਜੀ ਤੁਹਾਡੀਆਂ ਫਿਲਮਾਂ ਨਿਰਦੇਸ਼ਿਤ ਕੀਤੀਆਂ ਲਗਾਤਾਰ ਆਈ ਜਾਣ ਜੀ, ਤੁਸੀਂ ਬੜੇ ਸੋਹਣੇ ਸੋਹਣੇ ਗੀਤ ਹੋਰ ਲਿਖੀ ਜਾਓ, ਤੇ ਤੁਸੀਂ ਚੜ੍ਹਦੀ ਕਲਾ 'ਚ ਰਹੋ। ਥੈਂਕ ਯੂ ਵੀਰ ਜੀ, ਥੈਂਕ ਯੂ। ਮੌਜ 'ਚ ਰਹੋ, ਮੌਜ ਮਸਤੀ 'ਚ ਰਹੋ। ਬਿਲਕੁਲ, ਨੋਟਾਂ ਵਾਲੇ ਟਰੱਕ ਆਉਂਦੇ ਰਹਿਣ, ਟਰੱਕ ਜ਼ਰੂਰ ਆਵੇ ਯਾਰ, ਬਾਕੀ ਸਾਰਾ ਕੁਛ ਆ, ਬਸ ਆਹ ਚੀਜ਼ ਨਹੀਂ ਕਦੇ ਹੋਈ। ਇਹ ਗੱਲ ਵੀ ਨਾ, ਮੈਂ ਸੱਚੀ ਮੁੱਚੀ ਪਰਮਾਤਮਾ ਦੀ ਕਸਮ ਮੈਂ ਮੰਨਣਾ ਚਾਹੁੰਦਾ ਕਿ ਜਦੋਂ ਪੈਸਾ ਆਉਂਦਾ ਤਾਂ ਬੰਦੇ ਨੂੰ ਕਿਵੇਂ ਲੱਗਦਾ ਯਾਰ, ਇਹ ਨਹੀਂ ਆਇਆ ਕਦੇ, ਇਹ ਨਹੀਂ ਆਇਆ, ਆਉਣਾ ਚਾਹੀਦਾ ਯਾਰ। ਹੁਣ ਤਾਂ ਬਹੁਤ ਉਮਰ ਹੋ ਗਈ ਯਾਰ,
ਬਹੁਤ ਰੋਲ। ਪਰ ਜਿੱਦਾਂ ਤੁਸੀਂ ਮਸਤ ਰਹਿੰਦੇ ਕੀ ਪਤਾ ਪਏ ਹੁਣ ਕੀ ਕਰਨੇ ਖਰਚ ਕੇ ਯਾਰ, ਛੱਡ ਪਰਾਂ। ਮਸਤੀ ਆ ਨਾ ਜਿਹੜੀ ਉਹ ਮਲੰਗੀ ਦੀ ਆ ਨਾ, ਹੈ ਹੀ ਨਹੀਂ ਪੈਸੇ। ਉਹ ਕਹਿੰਦਾ ਨੰਗ ਪੁੱਤ ਚੋਰਾਂ ਚ ਖੇਡੇ ਵਾਲੀ ਗੱਲ। ਚਲੋ ਬਹੁਤ ਮਿਹਰਬਾਨੀ ਬਾਈ ਜੀ, ਆਪਾਂ ਚਿਰਾਂ ਬਾਅਦ ਮਿਲੇ ਤੇ ਬੜਾ ਚੰਗਾ ਲੱਗਾ। ਬਹੁਤ ਅੱਛਾ ਜੀ, ਬਹੁਤ ਅੱਛਾ ਦੇਖਣ ਸੁਣਨ ਨਾਲ, ਬਹੁਤ ਧੰਨਵਾਦ, ਬਹੁਤ ਵਧੀਆ। ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਦੁਬਾਰਾ ਜਦੋਂ ਵੀ ਮੌਕਾ ਮਿਲਿਆ ਆਪਾਂ ਫਿਰ ਵਿਚਾਰਾਂ ਦੀ ਜ਼ਰੂਰ ਪਾਵਾਂਗੇ, ਜ਼ਰੂਰ। ਅਤੇ ਫਿਲਹਾਲ ਪ੍ਰੋਗਰਾਮ ਨੂੰ ਅਸੀਂ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਇਓ ਅਤੇ ਨਾਮ ਦੇ ਇਜਾਜ਼ਤ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਵ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।